ਸਵਾਗਤ ਸੱਚ ਰੀਕਾਲ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਸ਼ੁਰੂਆਤ ਪਾਕਿਸਤਾਨ ਤੋਂ ਕਰਾਂਗੇ ਕਿਉਂਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਲੋਕਾਂ ਦੇ ਉੱਪਰ ਹਮਲੇ ਹੋ ਰਹੇ ਨੇ ਸਿੱਖਾਂ ਤੇ ਹਮਲੇ ਹੋ ਰਹੇ ਨੇ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਅਮਰਿਤਪਾਲ ਅਸਾਮ ਦੀ ਜੇਲ੍ਹ ਵਿੱਚ ਬੰਦ ਹੈ ਕੁਝ ਖਬਰਾਂ ਸਾਹਮਣੇ ਆਈਆਂ ਨੇ ਜਿਹਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਸੇਦਾਰ ਰਹੇ ਹਰਪੀ ਸਿੰਘ ਹੁਰਾ ਦਾ ਬਿਆਨ ਆਇਆ ਬਿਆਨ ਧਿਆਨ ਮੰਗਦਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਹੀ ਸਲੂਕ ਨਹੀਂ ਕੀਤਾ ਜਾ ਰਿਹਾ ਹੈ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਹਦੀ ਨਿਖੇਦੀ ਕੀਤੀ ਹੈ ਖਬਰਾਂ ਹੋਰ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਰਸਾਇਣਿਕ ਖਾਦਾਂ ਇੰਨੀਆਂ ਕੁ ਵਰਤੀਆਂ ਜਾਣ ਲੱਗ ਪਈਆਂ ਨੇ ਕਿ ਖੇਤਾਂ ਦੀ ਉਪਜਾਊ ਮਿੱਟੀ ਘਟ ਗਈ ਹੈ ਉਪਜਾਊਪਨ ਘਟ ਗਿਆ ਇਹ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ ਸ਼ੁਰੂਆਤ ਪਾਕਿਸਤਾਨ ਤੋਂ ਕਰਦੇ ਆਂ ਦੇਸ਼ ਦੁਨੀਆ ਦੇ ਸਿੱਖਾਂ ਵਿੱਚ ਇਸ ਵੇਲੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਉਹਨਾਂ ਵੱਲੋਂ ਸਾਹਮਣਾ ਕੀਤਾ ਜਾ ਰਿਹਾ ਹੈ। ਕਈਆਂ ਦੇ ਵਿੱਚ ਦੋਸ਼ ਲੱਗਦੇ ਪਏ ਨੇ। ਬੰਦੀ ਸਿੰਘਾਂ ਦਾ ਮਸਲਾ ਵੀ ਅਜੇ ਵਿਚਾਰ ਅਧੀਨ ਹੈ। ਬਹੁਤ ਸਾਰੇ ਲੋਕ ਉਸ ਮਸਲੇ ਤੇ ਵੀ ਬੋਲਦੇ ਪਏ ਐ ਕਿ ਹੁਣ ਕੋਈ ਫੈਸਲਾ ਆਉਣਾ ਚਾਹੀਦਾ ਹੈ। ਸਮੇਂ-ਸਮੇਂ ਤੇ ਕਦੀ ਦਸਤਖਤ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ। ਕਦੀ ਵੱਖਰੇ-ਵੱਖਰੇ ਸਿਆਸਤਦਾਨਾਂ ਦੇ ਬਿਆਨ ਆਉਂਦੇ ਨੇ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਹ ਵੱਖਰੀ ਗੱਲ ਹੈ। ਕਿ ਦੇਸ਼ ਦੀ ਸਰਕਾਰ ਵੀ ਇਸ ਮਸਲੇ ਨੂੰ ਲੈ ਕੇ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਅਦਾਲਤ ਵਿੱਚ ਦੇਖਦੇ ਕੀ ਬਣਦਾ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੇ ਪਾਕਿਸਤਾਨ ਦੇ ਵਿੱਚ 2008 ਤੋਂ ਬਾਅਦ ਜਿਸ ਹਿਸਾਬ ਦੇ ਨਾਲ ਘੱਟ ਗਿਣਤੀਆਂ ਤੇ ਚਾਹੇ ਉਹ ਸਿੱਖ ਪਰਿਵਾਰ ਹੈ ਚਾਹੇ Hindu ਪਰਿਵਾਰ ਨੇ ਉਹਨਾਂ ਦੇ ਉੱਪਰ ਹਮਲੇ ਹੋ ਰਹੇ ਨੇ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਵੇਲੇ ਵੱਡੀ ਗੱਲ ਇਹ ਹੈ ਕਿ ਇੱਕ ਸਮਾਂ ਸੀ 2008 ਦਾ ਜਦੋਂ ਹਮਲਾ ਹੁੰਦਾ ਫਿਰ ਥੋੜਾ ਸਮਾਂ ਕੰਮ ਰੁਕਿਆ ਰਹਿੰਦਾ ਪਰ ਹੁਣ ਤੱਕ 30 ਦੇ ਕਰੀਬ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਤੇ ਹਮਲੇ ਹੋਏ ਚੁੱਕੇ ਨੇ ਤੇ ਹਮਲੇ ਵੀ ਛੋਟੇ ਮੋਟੇ ਨਹੀਂ ਕਈ ਸਿੱਖਾਂ ਦੀ ਉਹਦੇ ਵਿੱਚ ਮੌਤ ਹੋ ਚੁੱਕੀ ਹੈ ਪਰ ਤੁਸੀਂ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਕਾਰਵਾਈ ਕਰ ਰਹੀਆਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਇਹ ਕਹਿੰਦੀਆਂ ਕਿ ਅਸੀਂ ਉੱਥੋਂ ਦੇ ਸਿਆਸਤਦਾਨਾਂ ਨਾਲ ਗੱਲਬਾਤ ਕੀਤੀ ਹੈ ਉੱਥੋਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਪਰ ਕੀ ਮਸਲੇ ਦਾ ਹੱਲ ਹੋਇਆ 2021 ਵਿੱਚ ਚਾਰ ਸਾਡਾ ਰੋਡ ਜਿੱਥੇ ਫਕੀਰਾਬਾਦ ਥਾਣਾ ਪੈਂਦਾ ਉੱਥੇ ਉਹਦੀ ਹੱਦ ਦੇ ਵਿੱਚ ਇੱਕ ਕਤਲ ਹੁੰਦਾ ਸਿੱਖ ਨੌਜਵਾਨ ਦਾ 2022 ਦੇ ਵਿੱਚ ਇੱਕ ਸਿੱਖ ਹਕੀਮ ਦਾ ਕਤਲ ਕਰ ਦਿੱਤਾ ਜਾਂਦਾ ਹੈ 2022 ਦੇ ਅਖੀਰ ਦੇ ਵਿੱਚ ਹੀ ਇੱਕ ਪਰਿਵਾਰ ਇਸ ਤਰ੍ਹਾਂ ਦਾ ਜਿਹਦੇ ਦੋ ਜੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੁਣ ਮਸਲਾ ਇੱਥੇ ਖਤਮ ਨਹੀਂ ਹੋਇਆ ਤਿੰਨ ਚਾਰ ਇਸ ਤਰ੍ਹਾਂ ਦੇ ਇਲਾਕੇ ਨੇ ਜਿੱਥੋਂ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਜਨਮ ਸਥਾਨ ਹੈ ਬਾਬੇ ਨਾਨਕ ਦੀ ਧਰਤੀ ਹੈ ਅਸੀਂ ਘਰ ਨਹੀਂ ਛੱਡਣਾ ਘਰ ਤਾਂ ਕਿਸੇ ਕੋਈ ਨਹੀਂ ਛੱਡਿਆ ਜਾਂਦਾ ਜੱਦੀ ਘਰ ਹੋਵੇ ਉਹ ਛੱਡਣਾ ਤਾਂ ਉਹੀ ਔਖਾ ਹੁੰਦਾ ਹੁਣ ਖੈਬਰ ਉਰਕਜ਼ਈ ਕੁਰਮ ਬੁਲਾਨ ਟੋਚੀ ਹੋਰ ਵੀ ਕਈ ਇਸ ਤਰ੍ਹਾਂ ਦੇ ਦਰੇ ਨੇ ਖੈਬਰ ਪਖਤੂਨਵਾਦੀ ਇਲਾਕਾ ਜਿੱਥੇ ਲੋਕ ਕਹਿੰਦੇ ਆ ਕਿ ਅਸੀਂ ਪਰਿਵਾਰ ਨਹੀਂ ਛੱਡ ਕੇ ਜਾਣਾ ਪਰ ਹਮਲੇ ਲਗਾਤਾਰ ਹੋ ਰਹੇ ਨੇ ਹੁਣ ਉਥੋਂ ਦੇ ਲੋਕ ਪੁਲਿਸ ਨੂੰ ਖਬਰ ਕਰਦੇ ਆ ਕਿ ਕਹਿੰਦੇ ਕਾਰਵਾਈ ਨਹੀਂ ਹੋਈ ਇਹ ਚਰਚਾ ਚੱਲਦੀ ਰਹਿੰਦੀ ਹੈ ਪਰ ਇਸ ਵੇਲੇ ਜਿਸ ਹਿਸਾਬ ਦੇ ਨਾਲ ਲਗਾਤਾਰ ਹਮਲੇ ਵਧਦੇ ਜਾ ਰਹੇ ਨੇ ਇਸ ਮਸਲੇ ਤੇ ਅਸੀਂ ਅੱਜ ਮਨਜਿੰਦਰ ਸਿੰਘ ਸਿਰਸਾ ਹੋਰਾ ਨਾਲ ਗੱਲਬਾਤ ਕਰਾਂਗੇ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਹੋਰਾ ਨੇ ਇੱਕ ਵੀਡੀਓ ਟਵੀਟ ਕੀਤੀ ਹੁਣ ਉਸ ਵੀਡੀਓ ਵਿੱਚ ਕੀ ਸੀਗਾ ਵੀਡੀਓ ਵਿੱਚ ਇਹ ਆ ਕਿ ਉੱਥੇ ਕੀਰਤਨ ਕੀਤਾ ਜਾ ਰਿਹਾ ਤੇ ਕੁਝ ਕੁ ਲੋਕ ਉੱਥੇ ਆਏ ਉਹਨਾਂ ਨੇ ਕੀਰਤਨ ਕਰਦਿਆਂ ਨੂੰ ਰੋਕ ਦਿੱਤਾ ਹੁਣ ਮਸਲਾ ਤਾਂ ਇਹ ਵੀ ਗੰਭੀਰ ਹੈ ਇੱਕ ਹਫ਼ਤੇ ਦੇ ਵਿੱਚ ਤੀਸਰੀ ਇਸ ਤਰ੍ਹਾਂ ਦੀ ਘਟਨਾ ਇਹ ਬੇਅਦਬੀ ਦੀ ਘਟਨਾ ਕਹੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਦੋ ਜਣਿਆਂ ਤੇ ਹਮਲਾ ਹੁੰਦਾ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਤੇ ਦੂਸਰੇ ਦੇ ਪੈਰ ਤੇ ਗੋਲੀ ਲੱਗੀ ਬਾਲ ਬਾਲ ਬਚ ਗਿਆ ਮਾਰਨ ਤਾਂ ਉਹ ਵੀ ਵੈਸੇ ਆਏ ਹੋਣੇ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਅਚਾਨਕ ਬਚ ਗਿਆ ਮਨਜਿੰਦਰ ਸਿੰਘ ਸਿਰਸਾ ਹੋਰ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਤੇ ਜੋ ਹਮਲੇ ਹੋ ਰਹੇ ਨੇ ਬਹੁਤ ਚਿੰਤਾਜਨਕ ਹਾਲਾਤ ਬਣੇ ਹੋਏ ਨੇ ਮਨਜਿੰਦਰ ਸਿੰਘ ਸਿਰਸਾ ਹੋਰੀ ਟਵਿੱਟਰ ਦੇ ਉੱਪਰ ਇੱਕ ਵੀਡੀਓ ਟਵੀਟ ਕਰਦੇ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਕਿਸੇ ਹਸਾਬ ਦੇ ਨਾਲ ਚੱਲਦੇ ਕੀਰਤਨ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਮਨਜਿੰਦਰ ਸਿੰਘ ਸਿਰਸਾ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਿਰਸਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰਾਈਮੇਸ਼ਾ ਟੀਵੀ ਤੇ ਜੀ ਧੰਨਵਾਦ ਜੀ ਸਿਰਸਾ ਸਾਹਿਬ ਮਸਲਾ ਬਹੁਤ ਗੰਭੀਰ ਹੈ ਜੀ ਪਾਕਿਸਤਾਨ ਵਿੱਚ ਪੇਸ਼ਾਵਰ ਵਿੱਚ ਇੱਕ ਹਫ਼ਤੇ ਵਿੱਚ ਤਿੰਨ ਘਟਨਾਵਾਂ ਵਾਪਰਦੀਆਂ ਨੇ ਇੱਕ ਸਿੱਖ ਦਾ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ ਪਰ ਉਸ ਦਾ ਬਚਾਅ ਹੋ ਜਾਂਦਾ ਚੰਗੀ ਗੱਲ ਹੈ ਪਰ ਆ ਜੋ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀਰਤਨ ਨੂੰ ਰੋਕਿਆ ਜਾ ਰਿਹਾ ਹੈ ਇਹ ਘਟਨਾ ਬਹੁਤ ਮੰਦਭਾਗੀ ਹੈ ਜੀ ਇਹਦੇ ਬਾਰੇ ਕੀ ਕਹਿਣਾ ਹੈ ਜੀ ਬਿਲਕੁਲ ਇਹ ਕੱਲ ਦੀ ਘਟਨਾ ਹੈ ਮੈਨੂੰ ਲੇਟ ਨਾਈਟ ਇਸ ਦੀ ਜਾਣਕਾਰੀ ਉਥੋਂ ਪਾਕਿਸਤਾਨ ਦੀ ਸੰਗਤ ਨੇ ਦਿੱਤੀ ਔਰ ਸਵੇਰੇ ਮੇਰੀ ਫਿਰ ਫੋਨ ਤੇ ਪਹਿਲਾਂ ਗੱਲ ਹੋਈ ਉਹਨਾਂ ਨੇ ਸਭਾ ਦੱਸਿਆ ਕਿ ਕਿਸਾ ਸ਼੍ਰੀ ਅਖਨਪੜ ਸਾਹਿਬ ਰਖਾਏ ਗਏ ਸੀ ਕਿ ਕੱਲ ਜੀ ਔਰ ਉਹ ਸਵੇਰੇ ਕਿਰਤਨ ਚੱਲ ਰਿਹਾ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਆ ਕੇ ਤੇ ਮਾਈਕ ਖੋਲਿਆ ਔਰ ਕਿਰਤਨ ਬੰਦ ਕਰਨ ਨੂੰ ਕਿਹਾ ਜਿਹੜਾ ਸੰਗਤ ਨੇ ਸਮਝਾਇਆ ਕਿ ਸ਼੍ਰੀ ਅਖਨਪੜ ਸਾਹਿਬ ਰੱਖੇ ਨੇ ਔਰ ਇਹ 3 ਦਿਨ ਦਾ ਸਾਡਾ ਸਮਾਗਮ ਉਹਨਾਂ ਨੇ ਕਿਹਾ ਨਹੀਂ ਸਾਡੀ ਇਤ ਚੱਲਦੀ ਪਈ ਆ ਔਰ ਇਹਦੇ ਦੌਰਾਨ ਕਿਸੇ ਧਰਮ ਦਾ ਹੋਰ ਅਸੀਂ ਪ੍ਰਚਾਰ ਨਹੀਂ ਕਰੰਦਿਆਂਗੇ ਮੈਂ ਕਿਹਾ ਅਸੀਂ ਕੋਈ ਪ੍ਰਚਾਰ ਨਹੀਂ ਰੁਟੀਨ ਦਾ ਕੰਮ ਮਤਲਬ ਅਸੀਂ ਤੇ ਗੁਰੂ ਘਰ ਦੇ ਗੁਰੂ ਸਾਹਿਬ ਦਾ ਇੱਕ ਅਨਪੜ੍ਹ ਸਾਹਿਬ ਰੱਖਿਆ ਸ਼ੋਟ ਟੂ ਕੱਟ ਸ਼ੋਟ ਉਸ ਤੋਂ ਬਾਅਦ ਉੱਥੇ ਝਗੜਾ ਵੀ ਹੁੰਦਾ ਹੈ ਔਰ ਪੁਲਿਸ ਨੂੰ ਬੁਲਾਉਂਦੇ ਨੇ ਪੁਲਿਸ ਉਹਨੂੰ ਲੈ ਕੇ ਵੀ ਜਾਂਦੀ ਆ ਲੇਕਿਨ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਨਫੈਕਟ ਪੁਲਿਸ ਨੇ ਉਹਨਾਂ ਨੂੰ ਤੁਰੰਤ ਹੀ ਉੱਥੋਂ ਫਾਰਕ ਕਰਤਾ ਚਲਦਾ ਕੀਤਾ ਜੀ ਦੇਖੋ ਇਹ ਸ਼ੱਕਰ ਦੀ ਘਟਨਾ ਹੈ ਪਰ ਇੱਥੇ ਸਭ ਤੋਂ ਵੱਡੀ ਦਿੱਕਤ ਕੀ ਹੈ ਕੋਈ ਪਹਿਲੀ ਘਟਨਾ ਨਹੀਂ ਹੈਗੀ ਬਿਲਕੁਲ ਜੀ ਪਾਕਿਸਤਾਨ ਚ ਇੱਕ ਇਸਲਾਮ ਜਿਹੜਾ ਇੱਕ ਮੁਲਟ ਹੋ ਗਿਆ ਇਸਲਾਮ ਉੱਥੇ ਕੱਟੜਵਾਦੀ ਲੋਕ ਇਸਲਾਮ ਧਰਮ 'ਚ ਯਕੀਨ ਕਰਦੇ ਨੇ ਕੁਝ ਕੁ ਕੱਟੜ ਜੱਥੇਬੰਦੀਆਂ ਨੇ ਉਹ ਜਿਹੜੇ ਕੱਟੜ ਲੋਕ ਨੇ ਉਹ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਨੋਂ ਤਿਆਰ ਕਿ ਕਿਸੇ ਵੀ ਸੂਰਤ ਅੰਦਰ ਕਿਸੇ ਉਤਰਾਤੀ ਗੱਲ ਉੱਥੇ ਹੋਵੇ ਇਹਨਾਂ ਗੱਲਾਂ ਨੂੰ ਓਪਨਲੀ ਵੀ ਉਹ ਕਹਿ ਚੁੱਕੇ ਨੇ ਗੁਰੂ ਸਾਹਿਬ ਦੇ ਪ੍ਰਤੀ ਜਿਹੜੇ ਉੱਥੇ ਬਰਚੁੰਡੀ ਜਿਹੜੀ ਹੈਗੀ ਆ ਮਸਜਿਦ ਉਹਦਾ ਜਿਹੜਾ ਮਲਾਣਾ ਹੈ ਉਹ ਬੜੇ ਓਪਨਲੀ ਔਰ ਉਸ ਤੋਂ ਪਹਿਲਾਂ ਇੱਕ ਮਲਾਣ ਉਹ ਦੁਨੀਆ 'ਚ ਨਹੀਂ ਰਹੇ ਮੈਂ ਇਸ ਕਰਕੇ ਨਾਮ ਲੈਣਾ ਠੀਕ ਨਹੀਂ ਉਹਨਾਂ ਨੇ ਬੜੇ ਅਪਸ਼ਬਦ ਬੋਲੇ ਸੋ ਬੇਸਿਕਲੀ ਜਿਹੜਾ ਇਹਨਾਂ ਨੂੰ ਉੱਥੋਂ ਕੱਢਣ ਦੀ ਖਿਦੇੜਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਚੱਲਦੇ ਟਾਰਗੇਟ ਕਿਲਿੰਗ ਹੋਈਆਂ ਬੜਾ ਧਮਕੀਆਂ ਦਿੱਤੀਆਂ ਫਿਰ ਬੰਦੇ ਮਾਰੇ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਵੀ ਇੱਕ ਮਾਰਤਾ ਸੀਗਾ ਪਰਿਵਾਰ ਆਪਣਾ ਹੁਣ ਇਸ ਸਾਲ ਵੀ ਦੋ ਲੋਕਾਂ ਤੇ ਪਹਿਲਾਂ ਇੱਕ ਤੇ ਚਲਾਈ ਗੋਲੀ ਕਿੰਨੇ ਲੋਕ ਸਨ ਹਤਰ ਲੋਕ ਸਿੰਘ ਬਚ ਗਏ ਫਿਰ ਮਨਮੋਹਨ ਸਿੰਘ ਜੀ ਤੇ ਹਮਲਾ ਕੀਤਾ ਜਿਹਦੇ ਅੰਦਰ ਉਹ ਹਤਾਤ ਹੋ ਗਏ ਸੋ ਇਹ ਘਟਨਾਵਾਂ ਜਿਹੜੀਆਂ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹ ਹੀ ਕਾਰਨ ਆ ਪਾਕਿਸਤਾਨ ਦੇ ਅੰਦਰ तकरीबन 20 ਲੱਖ ਸਿੱਖ ਵਸਦੇ ਸੀਗੇ ਅੱਜ ਉਸ ਪੂਰੇ ਪਾਕਿਸਤਾਨ ਦੇ ਅੰਦਰ 20000 ਵੀ ਨਹੀਂ ਰਹੇ तकरीबन 6 ਤੋਂ 7000 ਸਿੱਖ ਪਰਿਵਾਰ ਬਚੇ ਨੇ ਔਰ ਜਿੱਥੇ ਦੀ ਘਟਨਾ ਹੈ ਸ਼ਕਰਦੀ ਉਥੇ ਮੇਰਾ ਖਿਆਲ ਹਾਰਦੀ 200 ਪਰਿਵਾਰ ਹੋਣਗੇ ਉਥੇ ਨਾ ਇਹ ਵੀਲ ਕਮਿਊਨਿਟੀ ਜਿਹੜੀ ਆ ਹਿੰਦੂ ਜਿਹੜੇ ਕਹੋ ਕਿ ਬੈਕਵਰਡ ਕਲਾਸ ਉੱਥੇ ਜਾਦੀ ਆ ਲੇਕਿਨ ਸਿੱਖ ਆਪਣੇ ਬੜੇ ਘੱਟ ਨੇ ਤੋਂ ਉੱਥੇ ਪਹਿਲੀ ਗੱਲ ਵੈਸੇ ਬੜੇ ਘੱਟ ਨੇ ਉਪਰੋਂ ਇਹ ਉਹਨਾਂ ਨੂੰ ਪਹੁੰਚਾਉਣਾ ਚਾਹੁੰਦੇ ਨੇ ਉੱਥੇ ਰਹਿਣ ਹੀ ਨਹੀਂ ਦੇਣਾ ਚਾਹੁੰਦੇ ਸੋ ਇਹ ਸਿਚੁਏਸ਼ਨ ਚ ਮੇਰੀ ਵਿਦੇਸ਼ ਮੰਤਰਾਲੇ ਚ ਅੱਜ ਵੀ ਗੱਲ ਹੋਈ ਸੀ ਮਨਮੋਹਨ ਸਿੰਘ ਜੀ ਵਾਲੇ ਕੇਸ ਵੀ ਉਹਨਾਂ ਨੇ ਮੰਡੇ ਨੂੰ ਇਹਨਾਂ ਨੂੰ ਸੱਮਨ ਕੀਤਾ ਸੀ ਜੇ ਮੈਂ ਇਤਵਾਰ ਦੇਖ ਕੇ ਦਿੱਤਾ ਮੰਡੇ ਨੂੰ ਸੱਮਨ ਹੋਏ ਸੀ ਲੇਕਿਨ ਬਹੁਤ ਕੁਝ ਮੈਂ ਸਮਝਦਾ ਕਿ ਭਾਰਤ ਦੀ ਸਰਕਾਰ ਕਰ ਨਹੀਂ ਸਕੇਗੀ ਸਵਾਏ ਹਾਈ ਕਮਿਸ਼ਨ ਤੇ ਸੱਮਨ ਕਰਨ ਦੇ ਕੋਈ ਉਹਨਾਂ ਨੂੰ ਅਸੀਂ ਬਹੁਤ ਵੱਡੀ ਰੀਲੀਫ ਲੈ ਕੇ ਦੇ ਪਾਵਾਂਗੇ ਐਸਾ ਮੈਨੂੰ ਬਿਲਕੁਲ ਨਹੀਂ ਲੱਗਦਾ ਸੱਚੀ ਗੱਲ ਤੇ ਇਹ ਆ ਸਿਰਸਾ ਸਾਹਿਬ ਇੱਕ ਗੱਲ ਹੋਰ ਦੱਸਿਓ 2008 ਤੋਂ ਬਾਅਦ ਸਿੱਖਾਂ ਤੇ ਜਿਸ ਸਾਹਬ ਨਾਲ ਹਮਲੇ ਵਧਿਆ 30 ਤੋਂ ਵੱਧ ਉਹ ਹਮਲੇ ਚਾਹੇ ਉਹ 2021 ਦੀ ਘਟਨਾ ਹੋਵੇ ਅਪ੍ਰੈਲ 2022 ਦੀ ਘਟਨਾ ਹੋਵੇ ਜਦੋਂ ਦੋ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਹੁਣ ਗਿਣਤੀ ਵੀ ਉਹਨਾਂ ਦੀ ਬਹੁਤ ਥੋੜੀ ਬਚੀ ਆ ਉੱਥੇ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਪਰ ਇੱਕ ਗੱਲ ਹੋਰ ਦੱਸਿਓ ਇਹਦੇ ਪਿਛਲਾ ਕਾਰਨ ਤੁਹਾਨੂੰ ਕੀ ਲੱਗਦਾ ਪਿਆ ਜ਼ਮੀਨਦਾਰ ਰੋਲਾ ਜਾਂ ਫਿਰ ਕਬਜ਼ਾ ਕਰਨਾ ਚਾਹੁੰਦੇ ਕਿਸੇ ਤਰ੍ਹਾਂ ਦਾ ਜਿ ਪਿਛਲਾ ਨੇ ਦੇਖੋ ਉੱਥੇ ਉਹਨਾਂ ਨੇ ਨਾ ਕਬਜ਼ੇ ਤੇ ਕਾਰ ਹੀ ਲੈਣਾ ਜਮੀਨ ਤੇ ਕੋ ਬਚੀ ਨਹੀਂ ਹੁਣ ਜਿਹੜੀ ਗੁਰਦੁਆਰਿਆਂ ਦੀ ਨਾਮ ਜਮੀਨ ਸੀ ਗਿਆ ਕਿਉਂਕਿ ਰਿਆਸਤਾਂ ਬਹੁਤ ਲਵਾਈਆਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਸਾਰੀਆਂ ਜਿਹੜੀਆਂ ਨੇ ਆਲਰੇਡੀ ਖੁਰਦੂਰਤ ਕਰ ਚੁੱਕੇ ਨੇ ਜਿਹੜਾ ਵਕਾਫ ਬੋਰਡ ਆ ਉਹ ਅਸੀਂ ਬੋਲ ਰੋਲਾ ਪਾਉਂਦੇ ਰਹਿੰਨੇ ਇੱਥੋਂ ਪਰ ਇੰਡੀਆ ਚ ਰੋਲਾ ਪਾਇਆ ਕੋ ਬਹੁਤਾ ਕੰਮ ਨਹੀਂ ਆਉਂਦਾ ਠੀਕ ਆ ਦੋ ਦਿਨ ਲਈ ਉੱਥੇ ਅਸਰ ਹੋ ਜਾਂਦਾ ਏ ਮੇਰੇ ਕੋਲ ਬੜੀਆਂ ਫੋਟੋਆਂ ਨੇ ਮੈਂ ਕਦੀ ਅਗਰ ਠੀਕ ਹੋਊਗਾ ਤੁਹਾਨੂੰ ਸ਼ੇਅਰ ਕਰੂੰਗਾ ਗੁਰਦੁਆਰਾ ਸਾਹਿਬ ਦਾ ਸਥਾਨ ਜਿਹੜਾ ਉਹਨੂੰ ਹੀ ਖਤਮ ਕਰਕੇ ਤੇ ਉਹ ਇੱਕ ਗੁਰੂ ਘਰ ਦਾ ਆਪਣਾ ਹੋਰ ਸਥਾਨ ਆ ਮੇਰੇ ਇੱਕ ਮਨ ਜ਼ਹਿਨ ਚ ਗੱਲ ਕਰਦਿਆਂ ਨਹੀਂ ਆ ਰਿਹਾ ਮੈਂ ਤੁਹਾਨੂੰ ਦੱਸੂਗਾ ਉੱਥੇ ਤੇ ਬਿਲਕੁਲ ਗੁਰਦੁਆਰਾ ਸਾਹਿਬ ਹੀ ਖਤਮ ਕਰਤਾ ਜ ਜਦੋਂ ਮੈਨਾਂ ਉਹਨਾਂ ਨੂੰ ਕਿਹਾ ਕਿ ਯਾਰ ਇਹਦੀ ਫੋਟੋਆਂ ਹੀ ਦੇ ਦਿਓ ਸਾਨੂੰ ਲੈ ਕੇ ਕੱਟ ਕੇ ਉਹ ਕਹਿੰਦੇ ਯਾਰ ਸੰਤੇ ਵੀ ਡਰ ਲੱਗਦਾ ਕਿ ਅਸੀਂ ਫੋਟੋ ਲੈਣ ਮਾਰਕੀਟ 'ਚ ਵੜਾਂਗੇ ਮੰਡੀ ਮੇਨ ਬਾਜ਼ਾਰ ਸਿਗਾ ਗੁਰਦੁਆਰਾ ਤੇ ਕਿਤੇ ਹਮਲਾ ਹੀ ਨਾ ਹੋ ਜਵੇ ਸੋ ਵੱਡੀ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਇਹਦੇ ਪਿੱਛੇ ਇੱਕ ਵੱਡਾ ਕਾਰਨ ਇਹੀ ਆ ਕਿ ਉੱਥੇ ਕੱਟੜਵਾ ਜਿਹੜਾ ਉਹ ਨਹੀਂ ਉੱਥੇ ਉਹ ਕਹਿੰਦੇ ਨੇ ਕਿ ਪਾਕਿਸਤਾਨ ਜਿਹੜਾ ਇਸਲਾਮ ਤੇ ਮੁਲਕ ਬਣਿਆ ਇਸ ਕਰ ਤੁਸੀਂ ਮੈਂ ਦੇਖਿਆ ਕਿ ਇੰਡੀਆ ਦੇ ਅੰਦਰ ਨਹੀਂ ਵਰਲਡ ਵਾਈਡ ਕੋ ਸਿੱਖੀ ਦੀ ਪ੍ਰੋਬਲਮ ਹੁੰਦੀ ਹੈ ਨਾ ਸਿੱਖ ਇੱਕ ਛੁੱਟ ਹੋ ਜਾਂਦੇ ਨੇ ਜੀ ਪਰ ਪਾਕਿਸਤਾਨ ਦੇ ਮਸਲੇ ਤੇ ਕੋਈ ਵਰਲਡ ਦਾ ਸਿੱਖ ਨਹੀਂ ਬੋਲਦਾ ਇਹ ਬੜੀ ਮੈਨੂੰ ਹੈਰਾਨੀ ਕਿ ਹੁੰਦੀ ਹੈ ਮੈਂ ਅੱਜ ਸਾਰੇ ਟੀਵੀ ਚੈਨਲਾਂ ਤੇ ਬੇਨਤੀ ਕੀਤੀ ਤੁਹਾਡੇ ਟੀਵੀ ਚੈਨਲ ਤੇ ਬੇਨਤੀ ਕਰਦਾ ਹਾਂ ਤੁਸੀਂ ਦੇਖਿਓ ਜੇ ਕਿ ਕੈਨੇਡਾ ਚ ਸਾਡੇ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਇੰਗਲੈਂਡ ਚ ਨੇ ਨਿਊਜ਼ੀਲੈਂਡ ਚ ਨੇ ਆਸਟ੍ਰੇਲੀਆ ਚ ਨੇ ਉਹਨਾਂ ਚੋਂ ਮੈਂ ਬੇਨਤੀ ਕਰਦਾ ਕਿ ਕੋਈ ਵੀ ਨਹੀਂ ਬੋਲੇਗਾ ਪਤਾ ਨਹੀਂ ਕੀ ਕਾਰਨ ਹੈ ਜ਼ਰੂਰ ਉਹਨਾਂ ਤੋਂ ਇਹ ਸਦੀ ਜਾਣਕਾਰੀ ਲੈਣੀ ਚਾਹੀਦੀ ਆ ਇਹ ਕਾਰਨ ਹੈ ਕਿ ਬਿਲਕੁਲ ਇਕ ਇਹ ਬਹੁਤ ਉਤ ਵੀਡੀਓ ਪਾਉਂਦੇ ਨੇ ਬੜਾ ਕੁਝ ਕਹਿੰਦੇ ਨੇ ਤੇ ਕਿੰਨੇ ਨਾਲ ਕੋਈ ਸਾਥ ਨਹੀਂ ਦਿੰਦਾ ਸਿਰਸਾ ਸਾਹਿਬ ਇੱਕ ਚੀਜ਼ ਹੋਰ ਦੱਸਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤੇ ਨਿੰਦਿਆ ਸਾਰੇ ਜਣੇ ਕਰਦੇ ਆ ਪਰ ਇੱਕ ਹੋ ਕੇ ਕੋਈ ਹੱਲ ਕੱਢਣ ਦਾ ਯਤਨ ਕੀਤਾ ਗਿਆ ਅਜੇ ਤੱਕ ਨਹੀਂ ਦੇਖੋ ਪਹਿਲੀ ਗੱਲ ਇੱਕ ਹੋਣ ਦਾ ਤੇ ਕੋਈ ਹੈ ਹੀ ਨਹੀਂ ਨਾ ਸਵਾਲ ਹੀ ਨਹੀਂ ਹੈਗਾ ਕਿਉਂਕਿ ਸਾਡੀ ਕਮਿਊਨਿਟੀ ਆਪਸ ਵਿੱਚ ਡਿਵਾਈਡਡ ਹੈ ਅਸੀਂ ਪੋਲਿਟਿਕਲ ਲਾਈਨਸ ਤੇ ਡਿਵਾਈਡਡ ਹਾਂ ਪਰ ਇਸ ਦੇ ਖੂਦ ਦੇ ਨਾਤੇ ਤਾਂ ਦੋਹੀ ਜਥੇਬੰਦੀਆਂ ਦਾ ਕੰਮ ਇੱਕੋ ਹੀ ਆ ਭ ਮੈਂ ਮਤਲਬ ਨਹੀਂ ਦੱਸਣ ਲੱਗਾ ਨਾ ਕਿ ਦੇਖੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਆਪਣਾ ਇੱਕ ਤਰ੍ਹਾਂ ਦਾ ਸ਼ਰੀਕ ਸਮਝਣ ਲੱਗ ਪਈ ਆ ਜਿਹੜੀ ਕਿ ਚੰਗੀ ਗੱਲ ਨਹੀਂ ਹੈ ਕਿ ਆਖਰਕਾਰ ਆਪਾਂ ਸਾਰੇ ਇੱਕ ਆ ਪਰ ਚਲੋ ਮੈਂ ਸਮਝਦਾ ਵੀ ਚਲੋ ਛੋਟੀਆਂ ਗੱਲਾਂ ਨੇ ਵੱਡੀ ਗੱਲ ਇਹ ਆ ਜੇ ਮੰਨ ਲਓ ਦੋਵੇਂ ਇਕੱਠੇ ਹੋ ਵੀ ਜਾਣ ਹਾਲਾਂਕਿ ਪਿਛਲੇ ਸਮੇਂ ਤੱਕ ਤੇ ਇਕੱਠੇ ਸਾਂਸੀ ਜਨੂੰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਕੰਮ ਕੰਟਰੋਲ ਜਾਂ ਕਹਿ ਲੋ ਜਾਂ ਜਿਹੜੇ ਉਹਨਾਂ ਦੀ ਕਮੇਟੀ ਸੀਗੀ ਉਹਦੇ ਚੁੜੇ ਨੁਮਾਇੰਦੇ ਅਕਾਲੀ ਦਲ ਤੋਂ ਸੀ ਲੇਕਿਨ ਇਕੱਠੇ ਹੋ ਕੇ ਵੀ ਕੁਝ ਖਾਸ ਨਹੀਂ ਕਰ ਸਕਦੇ ਕਿਉਂਕਿ ਅਸੀਂ ਤੇ ਭਾਰਤ ਸਰਕਾਰ ਕੋਲ ਹੀ ਆਪਣੀ ਆਵਾਜ਼ ਚੁੱਕ ਸਕਦੇ ਹਾਂ ਨਾ ਭਾਰਤ ਸਰਕਾਰ ਕੋਈ ਸਿੱਧੀ ਪਾਕਿਸਤਾਨ 'ਚ ਤਖੰਦਾ ਜਿੱਤ ਦੇ ਨਹੀਂ ਸਕਦੀ ਉਹ ਡਿਪਲੋਮੈਟਿਕ ਰਾਹੀ ਹੋ ਸਕਦਾ ਉਹ ਨਹੀਂ ਉਹ ਵੀ ਇੱਕ ਸੀਮਤ ਆ ਨਾ ਮਤਲਬ ਡਿਪਲੋਮੈਟਸ ਕਰ ਹਮੇ 10 ਦਾ ਮੰਡੇ ਨੂੰ ਸੰਮਨ ਕੀਤਾ ਜੀ ਪਾਕਿਸਤਾਨ ਦੇ ਐਕੂਮਿਸ਼ਨ ਸੰਮਨ ਹੋਇਆ ਠੀਕ ਹੈ ਲੇਕਿਨ ਮੇਰੀ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਹੋਈ ਹੈ ਉੱਥੇ ਪੇਸ਼ਾਵਰ 'ਚ ਉਹ ਕਹਿੰਦੇ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰੋ ਉਹਨਾਂ ਦਾ ਨਾਮ ਤੁਸੀਂ ਲਿਖ ਕੇ ਦਿਓ ਕਹਿੰਦੇ ਸੀ ਕਿ ਅਸੀਂ ਕਿਉਂ ਲਿਖ ਕੇ ਦਈਏ ਤੁਹਾਡੇ ਸਾਹਮਣੇ ਕਤਰਿਆ ਹੋਇਆ ਤੁਸੀਂ ਕਿਉਂ ਨਹੀਂ ਕਰਦੇ ਪਏ ਕਿ ਉਹ ਸਾਨੂੰ ਅੱਗੇ ਪਾਉਣਾ ਚਾਹੁੰਦੇ ਨੇ ਤੋ ਇਸ ਕਰਕੇ ਕੋਈ ਕੋਈ ਬਹੁਤ ਆ ਇਕਮਿਸ਼ਨ ਵੀ ਜਿਹੜੇ ਨੇ ਉਹ ਇੱਕ ਸੀਮਤ ਤੱਕ ਹੀ ਆਪਣਾ ਦਬਾਅ ਬਣਾ ਸਕਦੇ ਨੇ ਮੇਰਾ ਇਹ ਮੰਨਣਾ ਜ਼ਰੂਰ ਆ ਤੁਹਾਡੇ ਪ੍ਰਾਈਮ ਏਸ਼ੀਆ ਤੇ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਵਿਦੇਸ਼ਾਂ ਸਿੱਖ ਬੈਠੇ ਨੇ ਅਗਰ ਉੱਥੇ ਸਾਡੇ ਨੁਮਾਇੰਦੇ ਐਮਪੀ ਮਿਨਿਸਟਰ ਨੇ ਕੈਨੇਡਾ ਦੀ ਗਵਰਨਮੈਂਟ ਚ ਆਸਟ੍ਰੇਲੀਆ ਚ ਨੇ ਨਿਊਜ਼ੀਲੈਂਡ ਚ ਨੇ ਇੰਗਲੈਂਡਸ ਨੇ ਅਗਰ ਇਹ ਕੋਸ਼ਿਸ਼ ਕਰਨ ਇਹ ਵੀ ਇਸੇ ਤਰੀਕੇ ਆਪਣੀ ਸਰਕਾਰ ਨੂੰ ਕਹਿਣ ਉਹ ਵੀ ਉਹਨਾਂ ਨੂੰ ਸੰਮਨ ਕਰੇ ਫਿਰ ਸਾਡਾ ਤਬਾਅ ਕੁਝ ਬਣ ਸਕਦਾ ਸਿਰਸਾ ਸਾਹਿਬ ਪਾਕਿਸਤਾਨ ਦੇ ਕਬੂਕੁਸ਼ਕ ਕਬਾਈਲੀ ਇਲਾਕੇ ਆ ਖੈਬਰ ਹੋਵੇ ਕੁਰਮ ਹੋਵੇ ਉਸ ਤੋਂ ਬਾਅਦ ਉਰਕ ਜ਼ਈ ਹੋਵੇ ਚਾਹੇ ਖੈਬਰ ਪਖਤੂਨਵਾ ਹੋਵੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਲੋਕਾਂ ਨੇ ਅਪੀਲ ਕੀਤੀ ਹੈ ਉਥੋਂ ਦੇ ਲੋਕ ਤਾਂ ਇਹ ਕਹਿੰਦੇ ਆ ਕਿ ਅਸੀਂ ਬਾਬੇ ਨਾਨਕ ਦੀ ਧਰਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਜਨਮ ਹੁੰਦਾ ਉਹ ਛੱਡ ਕੇ ਨਹੀਂ ਆਉਣਾ ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜੋ ਉਹਨਾਂ ਨੂੰ ਮਜਬੂਰ ਕਰ ਰਹੇ ਆ ਤਾਂ ਫਿਰ ਇੱਥੇ ਭਾਰਤ ਸਰਕਾਰ ਕਿਸ ਤਰ੍ਹਾਂ ਦਾ ਰੋਲ ਅੱਗੇ ਨਿਭਾ ਸਕਦੀ ਹੈ ਇਹ ਪੁੱਛਣਾ ਇਸ ਕਰਕੇ ਆ ਕਿਉਂਕਿ ਲੰਬੇ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਇੱਕ ਪ੍ਰਚਾਰ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਇੱਕ ਕਿਤਾਬਚੇ ਦੇ ਵਿੱਚ ਉਹਨਾਂ ਬਾਰੇ ਜ਼ਿਕਰ ਹੁੰਦਾ ਸਿੱਖਾਂ ਦੇ ਕੀਤੇ ਕੰਮਾਂ ਬਾਰੇ ਜ਼ਿਕਰ ਹੁੰਦਾ ਹੈ ਤਾਂ ਇਸ ਮਸਲੇ ਪਿੱਛੇ ਕਿਉਂ ਰਿਹਾ ਜਾਂਦਾ ਨਹੀਂ ਮਸਲਾ ਕੋਈ ਇਸ ਪਿੱਛੇ ਕੋਈ ਨਹੀਂ ਹੈਗਾ ਸਭ ਤੋਂ ਜਿੰਨੇ ਵੀ ਸਿੱਖ ਆਉਣਾ ਚਾਹੁੰਦੇ ਨੇ ਦੇਖੋ ਮੈਂ ਤੁਹਾਡੇ ਟੀਵੀ ਚੈਨਲ ਤੇ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਨਾਮ ਨਹੀਂ ਲੈਂਦਾ ਜਗਾ ਮੈਂ ਬਹੁੜੇ ਸਾਰੇ ਸਿੱਖਾਂ ਦੇ ਸੰਪਰਕਾਂ ਜਿਹੜੇ ਉੱਥੋਂ ਛੱਡ ਕੇ ਇੰਡੀਆ ਆ ਚਾਰੇ ਨੇ ਹਮ ਅਫਗਾਨਿਸਤਾਨ ਤੋਂ ਵੀ ਐਸੀ ਪਾਕਿਸਤਾਨ ਤੋਂ ਵੀ ਆਉਣਾ ਚਾਹੁੰਦੇ ਕੋਸ਼ੋਰ ਨੇ افغانستان ਆਉਣ ਵਾਲੋਂ ਦਿੱਕਤ ਨਹੀਂ ਹੋਈ ਨਾ ਉੱਥੋਂ ਤੇ ਅਸੀਂ ਜਾਜ ਭੇਜੇ ਲੈ ਆਂਦੇ ਪਾਕਿਸਤਾਨ ਨੂੰ ਦਿੱਕਤ ਬੜੀ ਹੁੰਦੀ ਆ ਜੇਕਰ ਉਹ ਇਕੱਠੇ ਆਉਣ ਕੀ ਕੋਸ਼ਿਸ਼ ਕਰਦੇ ਔਰ ਪਾਕਿਸਤਾਨੀ ਸਰਕਾਰ ਨੂੰ ਪਤਾ ਲੱਗਦੇ ਨਾ ਮੁਲਕ ਛੱਡ ਕੇ ਚੱਲਦੇ ਆ ਫਿਰ ਤੇ ਸਮਝ ਲਓ ਉਹਨਾਂ ਦੇ ਉੱਤੇ ਬਹੁਤ ਵੱਡੀ ਆਫਤ ਆ ਗਈ ਫਿਰ ਤੇ ਸਰਕਾਰ ਉਹਨਾਂ ਦਾ ਜੀਣਾ ਆਰਾਮ ਕਰ ਦਿੰਦੀ ਐ ਐਨਐਸਏ ਲਾ ਕੇ ਜਿੱਦਾਂ ਤੱਕ ਬੰਦ ਕਰ ਦਿੰਦੀ ਸੋ ਉਹਨਾਂ ਨੂੰ ਕੀ ਆ ਸੀ ਇੱਥੋਂ ਵੀਜ਼ਾ ਦਵਾਉਣੇ ਆ ਵੀ ਗੁਰਪ੍ਰੋਤਿਆਰੇ ਨੇ ਪ੍ਰਕਾਸ਼ਪੁਰ ਤਿਆਰੇ ਨੇ ਬਹਾਨੇ ਨਾਲ ਉੱਥੋਂ ਆਉਂਦੇ ਨੇ ਉਹ ਠੀਕ ਆ ਫਿਰ ਉਹ ਵਾਪਸ ਨਹੀਂ ਜਾਂਦੇ ਬਸ ਇਹੀ ਤਰੀਕਾ ਹੈ ਔਰ ਐਸੇ ਕੋਈ ਤਕਰੀਬਨ 40 ਦੇ ਆਸ-ਪਾਸ ਇਹੋ ਜਿਹੇ ਪਰਿਵਾਰ ਨੇ ਜਿਹੜੇ ਨਿਰੰਤਰ ਮੇਰੇ ਸੰਪਰਕ ਚ ਨੇ ਔਰ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਤਰੀਕੇ ਨਾਲ ਮੈਂ ਉਹਨਾਂ ਨੂੰ ਇਨਵਾਈਟ ਔਰ ਵੀਜ਼ੇ ਦਵਾ ਕੇ ਇੰਡੀਆ ਚ ਬਿਉਂਦਾ ਰਹਿਣਾ ਸੋ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਆਉਣਾ ਚਾਹੁੰਦੇ ਨੇ ਕਿਉਂਕਿ ਉੱਥੋਂ ਦੇ ਹਾਲਾਤ ਇੰਨੇ ਬਦਤਰ ਨੇ ਦੇਖੋ ਵਪਾਰ ਉਪਰ ਛੋਟੀਆਂ ਗੱਲਾਂ ਨੇ ਜੀ ਸਭ ਤੋਂ ਵੱਡਾ ਚੈਲੰਜ ਆ ਬੱਚਿਆਂ ਦੀ ਜਿੱਤ ਬੇਟੀਆਂ ਜਿਹੜਾ ਚੁੱਕ ਕੇ ਲੈ ਜਾਂਦੇ ਨੇ ਨਾ ਉਹ ਉੱਤੇ ਬਹੁਤ ਵੱਡੀ ਕੁਰਤਾ ਹੈ ਮਤਲਬ ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਦੇਖੋ ਦੀ ਦਿੱਕਤ ਕੀ ਆ ਤੁਸੀਂ ਇੱਕ Hindu ਬੇਟੀ ਦੀ ਮੈਂ 5-7 ਦਿਨ ਪਹਿਲਾਂ ਵੀਡੀਓ ਟਵੀਟ ਕੀਤੀ ਆ ਭਾਈ ਸਾਹਿਬ ਮੈਂ ਆਪਣੀ ਵਾਈਫ ਨੂੰ ਕਹਿ ਰਿਹਾ ਸੀ ਯਾਰ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਪਈ ਯਾਰ ਇਸ ਕੁੜੀ ਦੇ ਮਾਂ ਦੇਖੋ ਬੱਚੇ ਦਾ ਕੀ ਹੁੰਦਾ ਉਹਨਾਂ ਨੂੰ ਆਪਣੇ ਪਿਤਾ ਤੇ ਬੜਾ ਮਾਣ ਹੁੰਦਾ ਹੈ ਕਿ ਮੇਰਾ ਬਾਪ ਜਿਹੜਾ ਜੱਗ ਨਾਲ ਲੜ ਸਕਦਾ ਮੇਰੇ ਪਿੱਛੇ ਜਦੋਂ ਉਹ ਬੇਪਾਪ ਆਪਣਾ ਮੈਨਾਂ ਅਸਾਏ ਮਹਿਸੂਸ ਕਰੇ ਬੇਟੀ ਰੋ ਰੋ ਕੇ ਕਿਰੀ ਮੈਂ ਘਰ ਜਾਣਾ ਹੈ ਜੱਜ ਕਹ ਰਿਹਾ ਨਹੀਂ ਇਹਨੂੰ ਉਹਦੇ ਘਰ ਉੱਥੇ ਭੇਜ ਦਿਓ ਜਿਹੜਾ ਇਹਨਾਂ ਦੇ ਸ਼ੈਲਟਰ ਹੋਮ ਨੇ ਹੁਣ ਸ਼ੈਲਟਰ ਹੋਮ ਚ ਕੀ ਕਰਨਗੇ ਉਹਦੇ ਤੇ ਤਸ਼ੱਦਦ ਹੋਊਗੀ ਉਹਨੂੰ ਮਨਾਉਣਗੇ ਜਨਤਾ ਕੋ ਨਹੀਂ ਮੰਨੂਗੀ ਕਿ ਮੈਂ ਇਸਲਾਮ ਕਬੂਲ ਕਰ ਚੁੱਕੀ ਹਾਂ ਔਰ ਮੈਂ ਇਸ ਬੁੱਢੇ ਨਾਲ ਰਹਿਣਾ ਤਿਆਰ ਹਾਂ ਹੁਣ ਤੱਕ ਉਹਨੂੰ ਇਸਲਾਮ ਉਹਦੇ ਬਾਹਰ ਨਹੀਂ ਕੱਢਣਗੇ ਯਾਰ ਕੁੜੀ ਦੇਖੋ ਕਿ ਆ ਯਾਰ ਜ਼ਿੰਦਗੀ ਦੇ ਅੰਦਰ ਕਿਸ ਤਰ੍ਹਾਂ ਦਾ ਪਾਪ ਆਏ ਇਸ ਪਾਪ ਨੂੰ ਕਿਤਨਾ ਬੰਦਾ ਪੂਰਾ ਕਰ ਸਕਦਾ ਇਸ ਕਰ ਸਰ ਸਾਹਿਬ ਜੰਦਿਆਂ ਦੇ ਇੱਕ ਗੱਲ ਹੋਰ ਦੱਸਿਓ ਕਿ 300 ਤੋਂ ਵੱਧ ਪੇਸ਼ਾਵਰ ਦੇ ਉਹ ਪਰਿਵਾਰ ਨੇ ਜੋ ਆਪਣਾ ਘਰ ਛੱਡ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਕੋਈ ਸ਼ੋਰ ਵੀ ਛੱਡਣ ਦੀ ਤਿਆਰੀ ਵਿੱਚ ਨੇ ਪੰਜਾਬ ਵਾਲੇ ਪਾਸੇ ਉਧਰ ਉਹ ਰਹਿਣ ਲੱਗ ਪਏ ਨੇ ਕਦੀ ਤੁਹਾਡਾ ਸੰਪਰਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਹੀਂ ਹੋਇਆ ਇਸ ਮਸਲੇ ਤੇ ਜਾਂ ਉੱਥੋਂ ਦੀ ਕੁਝ ਉੱਚ ਜਿਹੜੇ ਅਹੁਦਿਆਂ ਤੇ ਬੈਠੇ ਉਹਨਾਂ ਦੇ ਨਾਲ ਦੇਖੋ ਜਿਹੜੇ ਮੈਂ ਮੈਂ ਮੇਰਾ ਸਭ ਨਾਲ ਸੰਪਰਕ ਰਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਲੇਕਿਨ ਉੱਥੇ بڑے ਵੱਡੇ ਵੱਡੇ ਲੋਕ ਜਿਹੜੇ ਮਜਬੂਰ ਨੇ ਉਹ ਸਾਨੂੰ ਆ ਉਹੀ ਸਾਨੂੰ ਜਾਣਕਾਰੀਆਂ ਦਿੰਦੇ ਨੇ ਉਹ ਕਹਿੰਦੇ ਅਸੀਂ ਨਹੀਂ ਬੋਲ ਸਕਦੇ ਅਸੀਂ ਬੋਲਾਂਗੇ ਸਾਡੀ ਸਰਕਾਰ ਸਾਡੇ ਤੇ ਕਾਰਵਾਈ ਕਰ ਦੋਗੀ ਉਹਨਾਂ ਦਾ ਕਸੂਰ ਹੀ ਨਹੀਂ ਹੈਗਾ ਇਹ ਅਸੀਂ ਉਹਨਾਂ ਨੂੰ ਜਸ ਜ਼ਬਰਦਸਤੀ ਉਹਨਾਂ ਨੂੰ ਬਦਨਾਮ ਕਰੀਏ ਕਿ ਉਹਨਾਂ ਦਾ ਕੋਈ ਵਸ ਨਹੀਂ ਹੈਗਾ ਅੱਛਾ ਅੱਜ ਉਹ ਪ੍ਰਧਾਨ ਉਹ ਕਿਹੜਾ ਕੋਈ ਪ੍ਰਧਾਨ ਲੋਕਾਂ ਦੀ ਵੋਟਾਂ ਚੁਣ ਕੇ ਆਏ ਨੇ ਠੀਕ ਹੈ ਪਬਲਿਕ ਉਹਨਾਂ ਨਾਲ ਹੈ ਨਹੀਂ ਸਰਕਾਰ ਜਿਹਨੂੰ ਜੀ ਕਰਦਾ ਬਣਾਉਂਦੀ ਆ ਉਹ ਨਹੀਂ ਹੋਊਗਾ ਕੋਈ ਹੋਰ ਹੋਊਗਾ ਉਹ ਵੀ ਸਰਕਾਰ ਦੀ ਬੋਲੀ ਬੋਲੂਗਾ ਤੇ ਚਲੋ ਜਿਹੜਾ ਬੈਠਾ ਸਾਡਾ ਸਿੱਖ ਹੀ ਆ ਨਾ ਉਹਨੂੰ ਆਪਾਂ ਉਹਨੂੰ ਉਹਨੂੰ ਮਾੜਾ ਕਹਿਣ ਦਾ ਕੋਈ ਲੌਜੀਕ ਹੀ ਨਹੀਂ ਹੈਗਾ ਉਹਦਾ ਕੋਈ ਕਸੂਰ ਹੀ ਨਹੀਂ ਹੈਗਾ ਉਹ ਕੁਝ ਨਹੀਂ ਕਰ ਸਕਦੇ ਉਹ ਸਾਡਾ ਤੋਂ ਉਮੀਦ ਕਰਦੇ ਨੇ ਅਸੀਂ ਰੌਲਾ ਪਾਈਏ ਤੇ ਉਹਨਾਂ ਦਾ ਮਸਤਾਹ ਹੁੰਦਾ ਮਤਲਬ ਮੈਂ ਦੱਸ ਰਹਾ ਕਿ ਜਿਹੜੇ ਲੋਕਾਂ ਨੂੰ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਲੇਕਿਨ ਜਿਹੜੇ ਲੋਕਾਂ ਨੂੰ ਤੁਸੀਂ ਟੀਵੀ ਤੇ ਰੌਲਾ ਪਾਉਂਦੇ ਆ ਦੇਖਦੇ ਜੋ ਉਹ ਸਾਡੇ ਨਾਲ ਮੇਰੇ ਨਾਲ ਸੰਪਰਕ ਰੈਂਦੇ ਨੇ ਠੀਕ ਹੈ ਲੇਕਿਨ ਉਹ ਉਹ ਵੀ ਮੈਨੂੰ ਹੀ ਫੋਨ ਬਿਲਕੁਲ ਸਿਰਸਾ ਸਾਹਿਬ ਵਾਕਈ ਮਸਲਾ ਬਹੁਤ ਗੰਭੀਰ ਹੈ ਤੁਸੀਂ ਵੀ ਯਤਨ ਕਰ ਰਹੇ ਹੋ ਭਾਰਤ ਸਰਕਾਰ ਵੀ ਯਤਨ ਕਰ ਰਹੀ ਹੈ ਘੱਟ ਗਿਣਤੀਆਂ ਦੇ ਹੋ ਰਹੇ ਹਮਲੇ ਵਾਕਈ ਚਿੰਤਾਜਨਕ ਹੈ ਤੁਸੀਂ ਗੱਲਬਾਤ ਕੀਤੀ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਸਵੈਸਨ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਉੱਪਰ ਹੋ ਰਹੇ ਹਮਲਿਆਂ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ ਇਹ ਵਾਕਈ ਸਹੀ ਗੱਲ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਸਿੱਖ ਪਰਿਵਾਰ ਨੇ Hindu ਪਰਿਵਾਰ ਨੇ ਜੋ ਹੁਣ ਆਪਣਾ ਘਰ ਛੱਡਣ ਨੂੰ ਮਜਬੂਰ ਹੋ ਚੁੱਕੇ ਨੇ ਦੂਜੇ ਤੀਸਰੇ ਦਿਨ ਹੀ ਇਹ ਖਬਰ ਆ ਜਾਂਦੀ ਹੈ ਕਦੀ মিডিਆ ਚ ਚਾਹੁੰਦੀ ਹੈ ਕਦੀ ਟੀਵੀ ਚੈਨਲ ਚਾਹੁੰਦੀ ਹੈ ਪਾਕਿਸਤਾਨ ਦੇ ਚੈਨਲ ਤੇ ਅਕਸਰ ਡਿਬੇਟ ਹੁੰਦੀ ਹੈ ਪਰ ਕੁਝ ਕੁ ਚੈਨਲ ਤੇ ਘੱਟ ਹੁੰਦੀ ਹੈ ਕਿ ਜ਼ਬਰ ਜਨਾਜ਼ੀਆਂ ਕਟਨਾਵਾਂ ਵਧਦੀਆਂ ਜਾ ਰਹੀਆਂ ਨੇ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਜਿਸ ਹਿਸਾਬ ਦੇ ਨਾਲ ਸਿਰਸਾ ਸਾਹਿਬ ਨੇ ਦੱਸਿਆ ਕਿ ਭਾਰਤ ਸਰਕਾਰ ਵੀ ਸੀਮਤ ਹੈ ਜੇਕਰ ਕੋਈ ਕਾਰਵਾਈ ਕਰਨੀ ਹੈ ਤੇ ਬਹੁਤ ਜ਼ਿਆਦਾ ਪਾਕਿਸਤਾਨ ਦੇ ਰਾਜਨੀਤੀ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਥੋਂ ਦੀ ਸਰਕਾਰ ਦੇ ਵੱਖਰੇ ਕਾਨੂੰਨ ਨੇ ਤੇ ਸਾਡੀ ਸਰਕਾਰ ਉੱਥੇ ਵਾਕੇ ਦਖਲਅੰਦਾਜ਼ੀ ਨਹੀਂ ਕਰ ਸਕਦੀ ਪਰ ਫਿਰ ਵੀ ਜਿੰਨਾ ਹੱਲ ਕੱਢਿਆ ਜਾ ਸਕਦਾ ਉੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਮਿੰਦਰ ਸਿੰਘ ਸਿਰਸਾ ਹੋਰਾਂ ਨੇ ਪਾਕਿਸਤਾਨ ਭਾਰਤ ਅਤੇ ਉਥੋਂ ਦੇ ਸਿੱਖਾਂ ਦੀਆਂ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਗੱਲ ਬਾਤ ਕੀਤੀ ਹੈ ਅੱਗੇ ਵੱਧਦੇ ਆ ਗੱਲ ਕਰਨੀ ਆ ਅਮਰਿਤਪਾਲ ਸਿੰਘ ਦੀ ਕਿਉਂਕਿ ਜਿਸ ਹਿਸਾਬ ਦੇ ਨਾਲ ਇਸ ਵੇਲੇ ਅਮਰਿਤਪਾਲ ਸਿੰਘ ਆਸਾਮ ਦੇ ਡਿਬਰੂਗੜ੍ਹ ਜੇਡ ਦੇ ਵਿੱਚ ਬੰਦ ਹੈ ਬਹੁਤ ਸਾਰੇ ਸਾਥੀ ਆ ਜਿਨ੍ਹਾਂ ਤੇ ਐਨਐਸਏ ਲਗਾਇਆ ਹੋਇਆ ਹੈ ਹੁਣ ਉਹਨਾਂ ਦੀ ਧਰਮ ਪਤਨੀ ਮੁਲਾਕਾਤ ਕਰਕੇ ਆਉਂਦੇ ਨੇ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਉੱਥੇ ਸਹੀ ਸਲੂਕ ਨਹੀਂ ਕੀਤਾ ਜਾ ਰਿਹਾ ਖਾਣ ਪੀਣ ਦਾ ਪ੍ਰਬੰਧ ਵੀ ਬਿਲਕੁਲ ਸਹੀ ਨਹੀਂ ਹੁਣ ਇਹ ਗੱਲ ਕਿਉਂ ਨਿਕਲੀ ਹੈ ਅਜਨਾਲੇ ਦੇ ਵਿੱਚ ਘਟਨਾ ਵਾਪਰਦੀ ਹੈ ਅਜਨਾਲੀ ਘਟਨਾ ਤੋਂ ਬਾਅਦ ਅਜੇ ਕੱਲ ਹੀ ਪੁਲਿਸ ਨੇ ਇੱਕ ਚਾਰਜਸ਼ੀਟ ਧਾਇਰ ਕੀਤੀ ਹੈ ਹੁਣ ਉਹਦੇ ਵਿੱਚ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਤਾਨੀ ਪਰ ਉਹਦੇ ਸਾਥੀਆਂ ਦਾ ਨਾਮ ਸਾਹਮਣੇ ਆਇਆ ਆਉਂਦੇ ਦਿਨਾਂ ਨੂੰ ਹੋ ਸਕਦਾ ਚਾਰਜਸ਼ੀਟ ਇਸ ਮਸਲੇ ਵਿੱਚ ਹੋਰ ਵੀ ਧਾਇਰ ਕਰ ਦਿੱਤੀ ਜਾਵੇ ਪਰ ਜਿਸ ਸਾਹਬ ਦੇ ਨਾਲ ਹੁਣ ਗੱਲਾਂ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦੀ ਧਰਮ ਪਤਨੀ ਨੇ ਇਹ ਗੱਲ ਕਹੀ ਹੈ ਵਾਪਸੀ ਵੇਲੇ ਕਿ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਦੇ ਦੌਰਾਨ ਇਹ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਇੱਥੇ ਸਹੀ ਸਲੂਕ ਨਹੀਂ ਕੀਤਾ ਜਾਂਦਾ ਖਾਣਾ ਦਿੱਤਾ ਜਾਂਦਾ ਕਦੀ ਵਿੱਚ ਲੋਣ ਨਹੀਂ ਹੁੰਦਾ ਤੇ ਇਹ ਵੀ ਗੱਲ ਅੱਜ ਸਾਹਮਣੇ ਆਈ ਹੈ ਕਿ ਤਵਾਖੂ ਵਾਲੇ ਹੱਥਾਂ ਦੇ ਨਾਲ ਖਾਣਾ ਤਿਆਰ ਕੀਤਾ ਜਾਂਦਾ ਇੱਥੋਂ ਤੱਕ ਵੀ ਕਿਹਾ ਗਿਆ ਕਿ ਖਾਣੇ ਦੇ ਵਿੱਚੋਂ ਵੀ ਤਵਾਖੂ ਮਿਲਿਆ ਹੁਣ ਇੱਕ ਸਿੱਖ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਬਿਲਕੁਲ ਵੀ ਸਹੀ ਨਹੀਂ ਕਿਉਂਕਿ ਸਿੱਖ ਧਰਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਨਾਹੀਤ ਨੇ ਪਰ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਵਰਤਾਈਆਂ ਜਾ ਰਹੀਆਂ ਨੇ ਉਹ ਵੀ ਪ੍ਰਸ਼ਾਦੇ ਦੇ ਵਿੱਚ ਲੰਗਰ ਦੇ ਵਿੱਚ ਤਾਂ ਇਹ ਗਲਤ ਗੱਲ ਹੈ ਇਹਦੀ ਨਿਖੇਧੀ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਜੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਹੁਰਾ ਦਾ ਵੀ ਇਸ ਮਾਮਲੇ ਤੇ ਬਿਆਨ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਰਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਅਸੀਂ ਉਹ ਵੀ ਦੇਖਣਾ ਪਰ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਧਰਮ ਪਤਨੀ ਨੇ ਗੱਲ ਕਹੀ ਹੈ ਕਿ ਜੇਲ੍ਹ ਦੇ ਵਿੱਚ ਖਾਣਾ ਠੀਕ ਨਹੀਂ ਦਾਲ ਵੀ ਸਹੀ ਤਰ੍ਹਾਂ ਨਹੀਂ ਬਣਾਈ ਜਾ ਰਹੀ ਹੁਣ ਇਹਦੀ ਜਾਂਚ ਹੋਣੀ ਚਾਹੀਦੀ ਹੈ ਗੱਲ ਤਾਂ ਉੱਪਰਲੇ ਪਾਸੇ ਵੀ ਜਾਣੀ ਹੈ ਸਰਕਾਰ ਦੇ ਕੋਲ ਕੇਂਦਰ ਸਰਕਾਰ ਦੇ ਕੋਲ ਕਿਉਂਕਿ ਜਿਹੜੇ ਬੰਦੇ ਦੇ ਉੱਪਰ ਐਨਐਸਏ ਲੱਗਾ ਹੁੰਦਾ ਹੈ ਉੱਥੇ ਕੁਸ਼ਕ ਖਿਆਲ ਰੱਖਣ ਵਾਲੀਆਂ ਗੱਲਾਂ ਤਾਂ ਹੁੰਦੀਆਂ ਨੇ ਪਰ ਇਹ ਵੀ ਵੱਡੀ ਗੱਲ ਹੈ ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਕਿਹੜਾ ਵੀਆਈਪੀ ਖਾਣਾ ਚਾਹੀਦਾ ਸਾਨੂੰ ਕਿਹੜਾ ਕੋਈ ਸਪੈਸ਼ਲ ਫੂਡ ਚਾਹੀਦਾ ਪਲੇਟ ਚਾਹੀਦੀ ਹੈ ਹੁਣ ਮੰਗ ਇਹ ਵੀ ਕਰ ਦਿੱਤੀ ਗਈ ਹੈ ਉਹਨਾਂ ਨੂੰ ਆਪ ਪ੍ਰਸ਼ਾਦਾ ਪਾਣੀ ਤਿਆਰ ਕਰਨ ਦੀ ਗੱਲ ਕਹੀ ਜਾਵੇ ਮੰਗ ਉਹਨਾਂ ਦੇ ਪਰਿਵਾਰ ਨੇ ਰੱਖ ਦਿੱਤੀ ਹੈ ਫਿਰ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਫੋਨ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ ਮਤਲਬ ਕਿ ਫੋਨ ਤੇ ਗੱਲ ਨਹੀਂ ਕਰਵਾਈ ਜਾਂਦੀ ਘਰਦਿਆਂ ਦੇ ਨਾਲ ਉੱਥੇ ਹੋਰ ਵੀ ਸਿੰਘ ਨੇ ਜਿਨ੍ਹਾਂ ਦੇ ਪਰਿਵਾਰ ਨਾਲ ਗੱਲ ਨਹੀਂ ਹੁੰਦੀ ਇਸ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਜੇਕਰ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਤੇ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਵੀ ਇਹ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਵੀ ਮੰਗ ਕੀਤੀ ਹੈ ਕਿ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ ਪਰ ਇਸ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘੁਰਾ ਨੇ ਕੀ ਕਿਹਾ ਪਹਿਲਾਂ ਉਹ ਸੁਣਦੇ ਆ ਅੱਜ ਮਿੱਟੀ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਾਡੇ ਸਿੱਖ ਨੌਜਵਾਨ ਐਨਐਸਸੀ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਜੇਨ ਮੈਨੂਅਲ ਦੇ ਮੁਤਾਬਕ ਹੀ ਵੀ ਜਿਹੜੀਆਂ ਸਹੂਲਤਾਂ ਜਿਹੜੀਆਂ ਉਹਨੇ ਦਿੱਤੀਆਂ ਜਾ ਰਹੀਆਂ ਔਰ ਸਭ ਤੋਂ ਜਿਹੜੀ ਮੰਦਭਾਗੀ ਤੇ ਦੁਖਦਾਈ ਜਿਹੜੀ ਗੱਲ ਸਾਡੇ ਕੋਲ ਪਹੁੰਚੀ ਹੋਏ ਇਹ ਹੈ ਕਿ ਉਹਨਾਂ ਨੂੰ ਆਟੇ ਦੇ ਵਿੱਚ ਤੰਬਾਕੂ ਘੁਨ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸਿੱਖ ਕਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਅਮਰਤਾ ਦੀ ਸਿੱਖ ਖਾਸ ਤੌਰ ਤੇ ਇਹ ਬਹੁਤ ਮੰਦਭਾਗਾ ਵਰਤਾਰਾ ਹੈ ਇਹ ਆਟੇ ਦੇ ਵਿੱਚ ਤੰਬਾਕੂ ਗੁੰਨ ਕੇ ਜਿਹੜਾ ਉਹਨਾਂ ਨੂੰ ਖਵਾਉਣਾ ਇਹਦੇ ਲਈ ਸਰਕਾਰ ਨੂੰ ਜਿਹੜਾ ਹੈ ਉਹ ਤਵੱਜੋ ਦੇਣ ਦੀ ਜ਼ਰੂਰਤ ਹੈ ਪਾਰ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਤੇ ਅਸਾਮ ਸਰਕਾਰ ਨੂੰ ਵੀ ਕਿਉਂਕਿ ਇਹ ਸ਼ਰਾ ਸਰ ਜਿਹੜਾ ਹੈ ਸ਼ਰੀਆਮ ਜਿਹੜਾ ਹੈ ਇਹ ਉਹਨਾਂ ਸਿੱਖ ਨੌਜਵਾਨਾਂ ਦੇ ਧਰਮ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ ਜੇ ਤੰਬਾਕੂ ਜਿਹੜਾ ਹੈ ਉਹਨਾਂ ਨੂੰ ਆਟੇ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ ਹੈ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਸਿੱਖ ਕਦੇ ਵੀ ਇਸ ਕਿਸਮ ਦੀ ਜਿਹੜੀ ਕੋਚੀ ਹਰਕਤ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਹੀ ਕਰਨਗੇ ਭਵਿੱਖ ਦੇ ਵਿੱਚ ਠੀਕ ਹੈ ਤੁਸੀਂ ਐਨਐਸਐਲ ਆਇਆ ਭਾਵੇਂ ਬਿਨਾ ਕਿਸੇ ਵੱਡੇ ਦੋਸ਼ ਤੋਂ ਆਇਆ ਉਹਨੂੰ ਜੇਲ੍ਹ ਦੇ ਵਿੱਚ ਬੰਦ ਹੈ ਪਰ ਜੋ ਜੇਲ੍ਹ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਬਾਕੀ ਕੈਦੀਆਂ ਨੂੰ ਵੀ ਮਿਲਦੀਆਂ ਨੇ ਤੇ ਤਮਾਕੂ ਦਾ ਜਿਹੜਾ ਸੇਵਨ ਕਰੋਣਾ ਇਹ ਬਹੁਤ ਮਾਨੂੰ ਦੁੱਖ ਲੱਗਿਆ ਕਿ ਇਹ ਘਟਨਾ ਵਾਪਰ ਰਹੀ ਹੈ ਉਹ ਇਹਦੇ ਸਰਕਾਰ ਨੂੰ ਜਾਂਚ ਵੀ ਜਿਹੜੀ ਹੈ ਉਹ ਕਰਵਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਐਸਪੀਸੀ ਪਹਿਲਾਂ ਉਹਨਾਂ ਦੇ ਕੇਸ ਵੀ ਲੜ ਰਹੀ ਹੈ ਹੁਣ ਲੱਗਦਾ ਨਹੀਂ ਐਸਪੀਸੀ ਇਹਦੇ ਵਿੱਚੋਂ ਅਦਾ ਬਿਲਕੁਲ ਬਿਲਕੁਲ ਆਪਣੇ ਪੱਧਰ ਤੇ ਵੀ ਐਸਪੀਸੀ ਨੂੰ ਪੜਤਾਲ ਕਰਨੀ ਚਾਹੀਦੀ ਸੋ ਹਰਪ੍ਰੀਤ ਸਿੰਘ ਹੁਣਾਂ ਦੀ ਗੱਲਬਾਤ ਨੂੰ ਤੁਸੀਂ ਸੁਣਿਆ ਹੁਣ ਸਿੰਘ ਸਾਹਿਬ ਨੇ ਤੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਕੁਝ ਵੀ ਉੱਥੇ ਹੋ ਰਿਹਾ ਹੈ ਉਹ ਗਲਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੁਰਾਂ ਦਾ ਬਿਆਨ ਵੀ ਅਸੀਂ ਦੇਖਣਾ ਹੈ ਪਰ ਉਸ ਤੋਂ ਪਹਿਲਾਂ ਜਿਹੜੀ ਖਬਰ ਉਥੋਂ ਦੇ ਪ੍ਰਸ਼ਾਸਨ ਦੀ ਆਈ ਹੈ ਪ੍ਰਸ਼ਾਸਨ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਉਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਝੂਠ ਬੋਲਿਆ ਜਾ ਰਿਹਾ ਹੈ ਸਾਡੇ ਵੱਲੋਂ ਪੂਰੇ ਪ੍ਰਬੰਧ ਨੇ ਅਸੀਂ ਬਿਲਕੁਲ ਜੋ ਵੀ ਸਹੂਲਤ ਜੇਲ੍ਹ ਦੇ ਅਨੁਸਾਰ ਪ੍ਰਸ਼ਾਸਨ ਦੇ ਅਨੁਸਾਰ ਬਣਦੀ ਹੈ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦਿੱਤੀ ਵੀ ਜਾ ਰਹੀ ਹੈ ਹੁਣ ਇਹਦੇ ਵਿੱਚ ਸੱਚ ਕੀ ਹੈ ਕੀ ਨਹੀਂ ਇਹ ਤਾਂ ਨਹੀਂ ਪਤਾ ਪਰ ਇਹਨਾਂ ਜ਼ਰੂਰ ਹੈ ਮਸਲਾ ਗੰਭੀਰ ਹੈ ਕਿਉਂਕਿ ਜਿਸ ਸਾਬਨਾ ਇਹ ਗੱਲ ਕਹੀ ਜਾ ਰਹੀ ਹੈ ਅਸੀਂ ਕਿਹੜਾ ਵੀਆਈਪੀ ਸਹੂਲਤਾ ਮੰਗਦੇ ਆ ਆਮ ਸਹੂਲਤਾ ਹੀ ਮੰਗੀਆਂ ਜਾ ਰਹੀਆਂ ਨੇ ਤਾਂ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਦੂਸਰੇ ਪਾਸੇ ਆਉਣ ਵਾਲੇ ਦਿਨਾਂ ਦੇ ਦੌਰਾਨ ਜਿੱਦਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਫੋਨ ਤੇ ਗੱਲ ਨਹੀਂ ਹੋ ਪਾ ਰਹੀ ਇਹ ਵੀ ਚਿੰਤਾਜਨਕ ਗੱਲ ਹੈ ਦੇਖਦੇ ਹਾਂ ਇਸ ਮਸਲੇ 'ਚ ਬਣਦਾ ਕੀ ਹੈ ਪਰ ਹਰਜਿੰਦਰ ਸਿੰਘ ਧਾਮੀਹੂਰਾ ਨੇ ਕੀ ਕਿਹਾ ਉਹ ਵੀ ਸੁਣ ਲੈਣੇ ਆ ਪੇਪਰਾਂ ਦੇ ਵਿੱਚੋਂ ਮੈਂ ਵੀ ਇਹ ਫੜੀ ਖਬਰ ਪਰ ਮੈਂ ਸਮਝਦਾ ਜਿਹੜੇ ਜੇਲ੍ਹਾਂ ਦੇ ਵਿੱਚ ਹੁੰਦੇ ਖਾਸ ਕਰਕੇ ਐਨਐਸਏ ਦੇ ਵਿੱਚ ਉਹਨਾਂ ਦਾ ਮਹੀਨੇ ਬਾਅਦ ਚੈੱਕਅਪ ਵੀ ਹੁੰਦਾ ਪ੍ਰੋਪਰ ਮੈਡੀਕਲ ਵੀ ਹੋਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਡਾਈਟ ਆ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਜੇ ਇਦਾਂ ਦੀ ਗੱਲ ਹੋਈ ਆ ਤੇ ਬਹੁਤ ਮਾੜੀ ਆ ਤੇ ਮੈਂ ਸਮਝਦਾ ਉਸਦੀ ਜਿਹੜੀ ਜੇਲ ਅਥਾਰਟੀ ਆ ਉਹਨਾਂ ਨੂੰ ਤੁਰੰਤ ਇਹਦੇ ਉੱਤੇ ਜਿਹੜਾ ਆ ਉਹ ਗੌਰ ਕਰਨਾ ਚਾਹੀਦਾ ਕਿਉਂਕਿ ਗੁਰੂ ਕੇ ਸੇਖ ਆ ਅੰਮਰਤਾਰੀਆ ਤਿਆਰ ਵਰਤਿਆ ਰਿਆ ਤੇ ਮੈਂ ਤਾਂ ਇਹ ਵੀ ਚਾਹੂਗਾ ਵੀ ਜੇ ਨਹੀਂ ਤਾਂ ਉਹਨਾਂ ਨੂੰ ਆਪੇ ਪ੍ਰਸ਼ਾਦਾ ਤਿਆਰ ਕਰਨ ਦਾ ਉਸੇ ਜਿਹੜਾ ਆ ਪਰਮਿਸ਼ਨ ਦੇ ਦੇਣੀ ਚਾਹੀਦੀ ਤਾਂ ਕਿ ਉਹ ਆਪਣੇ ਲੰਗਰ ਆਪੇ ਸਜਾ ਲਿਆ ਕਰਨ ਸਰਕਾਰ ਵੱਲੋਂ ਫੋਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਦੇਖੋ ਇਹ ਵੀ ਮੈਂ ਸਮਝਦਾ ਇੱਕ ਇਤਰਾਸ ਦੀ ਆ ਕਿ ਜਿਹੜੇ ਅੱਜ ਹਜ਼ਾਰਾਂ ਮੀਲ ਦੂਰ ਬੈਠੇ ਆ ਇਹ ਪੰਜਾਬ ਸਰਕਾਰ ਪਤਾ ਨਹੀਂ ਕਿਹੜੇ ਪੈ ਦੇ ਵਿੱਚ ਬੈਠੀ ਆ ਜਾਂ ਕਿਹੜਾ ਇਹਨਾਂ ਦੇ ਮਨ ਦੇ ਵਿੱਚ ਹੁਣ ਜਿਹੜਾ ਹਜ਼ਾਰਾਂ ਕੋਹਾਂ ਦੂਰ ਬੈਠਾ ਉਹਨੂੰ ਕਮ ਸੇ ਕਮ ਕਿਤੇ ਹਫਤੇ ਜੇ ਕਦਵਾਰ ਉਹਨੂੰ ਜਿਹੜਾ ਆਪਣੇ ਪਰਿਵਾਰ ਦੇ ਨਾਲ ਸੋਕਸ਼ਾਂਤ ਪੁੱਛਣ ਜਾਣੀ ਚਾਹੀਦੀ ਇਹ ਤਾਂ ਮੈਂ ਸਮਝਦਾ ਮਨੁੱਖੀ ਹੱਕਾਂ ਹਕੂਕਾਂ ਦੀ ਵੀ ਜਿਹੜੀ ਆ ਉਹਦੇ ਵੀ ਉਲੰਘਣਾ ਹੈ ਬਾਲੀ ਪ੍ਰਸਾਰ ਸਬੰਧੀ ਕੋਈ ਸਬਕਮਟੀ ਦੀ ਮੀਟਿੰਗ ਹੈ ਸੀ ਮੈਂ ਉਹ ਮੀਟਿੰਗਾਂ 'ਚ ਹੁਣ ਆਪ ਵੀ ਸ਼ਾਮਲ ਹੋਣਾ ਸੁਤਮੀ ਸਾਹਿਬ ਨੂੰ ਤੁਸੀਂ ਸੁਣਿਆ ਇੱਥੇ ਫਿਰ ਮੈਂ ਇੱਕ ਵਾਰ ਜ਼ਿਕਰ ਕਰਨਾ ਚਾਹੁੰਦਾ ਕਿ ਜੇਲ੍ਹ ਪ੍ਰਸ਼ਾਸਨ ਨੇ ਜੋ ਕੱਲਾਂ ਕਹੀਆਂ ਉਹਦਾ ਵੀ ਧਿਆਨ ਰੱਖਣਾ ਪੈਣਾ ਹੈ ਕਿਉਂਕਿ ਇੱਕ ਪਾਸੇ ਇਹ ਗੱਲ ਕਹਿ ਰਹੇ ਆ ਕਿ ਅਮਰਿਤਪਾਲ ਸਿੰਘ ਤੇ ਸਾਥੀਆਂ ਨੇ ਹੁਣ ਭੁਖੜ ਹੜਤਾਲ ਕੀਤੀ ਹੈ ਤੇ ਦੂਸਰੇ ਪਾਸੇ ਧਰਮਪਤਰੀ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਦੋਂ ਤੱਕ ਸਰਦਾਰ ਜੀ ਭੁਖੜ ਹੜਤਾਲ ਦੇਣੇ ਮੈਂ ਵੀ ਨਾਲ ਭੁਖੜ ਹੜਤਾਲ ਤੇ ਆ ਦੇਖਤਿਆਂ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ਦਾ ਬਣਦਾ ਕੀ ਹੈ ਅੱਗੇ ਵਧਦੇ ਆ ਗੱਲ ਕਰਨੀਆਂ ਪੰਜਾਬ ਸਰਕਾਰ ਦੀ ਤੇ ਸਮਾਰਟ ਕਾਰਡ ਦੀ ਸਮਾਰਟ ਕਾਰਡ ਪੰਜਾਬ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਆਉਂਦੀਆਂ ਨੇ ਹਰ ਇੱਕ ਵੋਟਰ ਨੂੰ ਆਪਣੇ ਨਾਲ ਜੋੜਨ ਦੇ ਲਈ ਜਦ ਵੋਟਾਂ ਇਕੱਠੀਆਂ ਕਰਨ ਦੇ ਲਈ ਉਹ ਕੋਈ ਨਾ ਕੋਈ ਜਿਗਾੜ ਲਾਉਂਦੇ ਸਿਆਸਤਦਾਨ ਚਲੋ ਸਿਆਸਤਦਾਨ ਨਹੀਂ ਵੀ ਲਗਾਉਂਦੇ ਹੇਟਲੇ ਪਾਸੇ ਅਫਸਰशाही ਹੁੰਦੀ ਹੈ ਚਲੋ ਅਫਸਰशाही ਵੀ ਨਹੀਂ ਲਗਾਉਂਦੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਤੁਸੀਂ ਆ ਸਕੀਮ ਜੀ ਇਦਾਂ ਸ਼ੁਰੂ ਕਰ ਲਓ ਹੋ ਸਕਦਾ ਨਾਲ ਲੋਕ ਜੁੜ ਜਣ ਪਿੰਡਾਂ ਵਿੱਚ ਵੈਸੇ ਤਾਂ ਜਦੋਂ ਵੋਟਾਂ ਆਉਂਦੀਆਂ ਨੇ ਪੰਚੀ ਸਰਪੰਚੀ ਦੀਆਂ ਜਾਂ ਐਮਸੀ ਦੀਆਂ ਤੇ ਬਹੁਤ ਸਾਰੇ ਸਿਆਸਤਦਾਨ ਜਾਂ ਲੋਕ ਜਦੋਂ ਹੱਕ ਤੇ ਪ੍ਰਚਾਰ ਕਰਨ ਆਉਂਦੇ ਆ ਲੋਕਾਂ ਦੇ ਕੋਲ ਤਾਂ ਉਹਨਾਂ ਨੂੰ ਨਾ ਪਸੀਨਾ ਦੇਖਿਆ ਜਾਂਦਾ ਨਾ ਠੰਡ ਗਰਮੀ ਦੇਖੀ ਜਾਂਦੀ ਹੈ ਕੋਈ ਗੋਡਿਆਂ ਨੂੰ ਹੱਥ ਲਾਉਂਦਾ ਹੁੰਦਾ ਕਿ ਵੋਟ ਐਤ ਕਿ ਸਾਨੂੰ ਪਾਇਓ ਜੀ ਸਾਡਾ ਖਿਆਲ ਰੱਖਿਓ ਤੇ ਬਹੁਤ ਸਾਰੀਆਂ ਥਾਵਾਂ ਤੇ ਲੋਕ ਬੋਤੀਆਂ ਮੰਗਾ ਵੀ ਨਹੀਂ ਰੱਖਦੇ ਫਲਾਨੇ ਦੇ ਵੇੜੇ ਵਿੱਚ ਉਧਰਲੇ ਪਾਸੇ ਫਲਾਨੇ ਦਾ ਵੇੜਾ ਆ ਉਧਰ ਸੜਕ ਪੱਕੀ ਆ ਜੀ ਗਲੀ ਪੱਕੀ ਆ ਸਾਡੇ ਵਾਲੇ ਪਾਸੇ ਕੱਚੀ ਆ ਫਲਾਨਿਆਂ ਦੇ ਨਾਲੀਆਂ ਪੱਕੀਆਂ ਨੇ ਸਾਡੀਆਂ ਕੱਚੀਆਂ ਜੀ ਇੱਕ ਬਰਾਬਰ ਕਰ ਦਿਓ ਅਸੀਂ ਵੋਟਾਂ ਤੁਹਾਨੂੰ ਪਾ ਦਾਂਗੇ ਬਸ ਇੱਥੇ ਤੱਕ ਗੱਲ ਸੀ ਮੈਂ ਥੋਕੇ ਰਹੀ ਆ ਚਾਰ ਲੇਟਾਂ ਲੱਗ ਜਾਣ ਹਰ ਇੱਕ ਪਰਿਵਾਰ ਤੇ ਇਹ ਕਹਿੰਦਾ ਕਿ ਸਾਡੇ ਘਰ ਦੇ ਬਾਹਰ ਲੱਜੇ ਫਿਰ ਨਹੀਂ ਦੇਖਦੇ ਘਰ ਚ ਚਾਰ ਭਰਾ ਆ ਤੇ ਇੱਕ ਦੇ ਵੱਡੇ ਦੇ ਘਰ ਦੇ ਮੂਹਰੇ ਲੱਜ ਜਵੇ ਤੇ ਤਿੰਨ ਘਰਾਂ ਨੂੰ ਲੋ ਆਪੀ ਆਜੋ ਐਦਾਂ ਦੀਆਂ ਗੱਲਾਂ ਹੁੰਦੀਆਂ ਗਲੀਆਂ ਨਾਲੀਆਂ ਤੱਕ ਲੋਕ ਅਜੇ ਵੀ ਫਸੇ ਨੇ ਫਿਰ ਕੀ ਹੁੰਦਾ ਕੁਝ ਥਾਂਾਂ ਤੇ ਜਦੋਂ ਸਰਕਾਰਾਂ ਸਹੂਲਤਾਂ ਦਿੰਦੀਆਂ ਨੇ ਹੁਣ ਸਰਕਾਰ ਨੇ ਇਹ ਕਿਹਾ ਸੀ ਕਿ ਸਮਾਰਟ ਰਾਸ਼ਨ ਕਾਰਡ ਦੇ ਰਾਹੀਂ ਅਨਾਜ ਪਰਿਵਾਰਾਂ ਨੂੰ ਮਿਲਣਾ ਕਦੀ ਸਮੇਂ ਦੀਆਂ ਸਰਕਾਰਾਂ 5 ਕਿਲੋ ਛੋਲੇ 5 ਕਿਲੋ ਚੌਲ 10 ਕਿਲੋ ਚੌਲ ਆਟਾ ਇਹ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਕੇਂਦਰ ਵਾਲੀ ਸਰਕਾਰ ਦੀਆਂ ਵੱਖਰੀਆਂ ਸਹੂਲਤਾਂ ਨੇ ਪੰਜਾਬ ਸਰਕਾਰ ਵੱਖਰੀਆਂ ਸਹੂਲਤਾਂ ਦਿੰਦੀ ਉਹ ਵੱਖਰੀ ਗੱਲ ਹੈ ਕਿ ਕੇਂਦਰ ਦੀ ਸਕੀਮ ਵੀ ਹੁੰਦੀ ਹੈ ਇਹਦੇ ਵਿੱਚੋਂ ਪਰ ਇਹ ਗੱਲ ਪੱਕੀ ਹੈ ਜਦੋਂ ਤੱਕ ਝੋਲਿਆਂ ਤੇ ਲੀਡਰਾਂ ਦੀਆਂ ਫੋਟਾਂ ਨਾ ਲੱਗਣਾਂ ਲੀਡਰ ਵੀ ਖੁਸ਼ ਨਹੀਂ ਹੁੰਦੇ ਹੁਣ ਪੰਜਾਬ ਦੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਤਹਿਤ ਇਹ ਪਤਾ ਲੱਗਿਆ ਕਿ 286000 ਕਾਰਡ ਰੱਦ ਕਰ ਦਿੱਤੇ ਗਏ 286000 ਕਾਰਡ ਰੱਦ ਕਰ ਦਿੱਤੇ ਗਏ ਜਿਹੜੇ ਅਯੋਗ ਸੀਗੇ ਬਿਲਕੁਲ ਵੀ ਯੋਗਤਾ ਨਹੀਂ ਰੱਖਦੇ ਸੀ ਪਰ ਉਹ ਅਨਾਜ ਲੈ ਰਹੇ ਸੀ ਹੁਣ ਅਯੋਗ ਸ਼ਨਾਖਤ ਕੀਤੇ ਗਏ ਜਿਹੜੇ ਰਾਸ਼ਨ ਕਾਰਡ ਆ ਉਹਨਾਂ ਦੀ ਗਿਣਤੀ ਸੁਣੋਗੇ ਤਾਂ ਹੈਰਾਨੀ ਹੋਣੀ ਆ 14 ਲੱਖ ਇਸ ਤਰ੍ਹਾਂ ਦੇ ਕਾਰਡ ਨੇ ਜਿਹੜੇ ਅਯੋਗ ਐ ਪਰ ਉਹ ਮੁਫਤ ਅਨਾਜ ਲੈਂਦੇ ਸੀ ਪਰ ਉਹਨਾਂ ਨੂੰ ਹੁਣ ਅਨਾਜ ਮਿਲਣਾ ਬੰਦ ਹੋ ਜਾਣਾ ਹੁਣ ਸਰਕਾਰ ਨੇ ਇਹ ਸਕੀਮ ਸ਼ੁਰੂ ਕਿਉਂ ਕੀਤੀ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਵੇ ਕਿਉਂਕਿ ਅੱਜ ਵੀ ਪਿੰਡਾਂ ਦੇ ਵਿੱਚ ਕੁਸ਼ਕ ਘਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਬੁਜੁਰਗ ਹੋ ਜਾਂਦੇ ਆ ਬੁਢਾਪੇ ਵਿੱਚ ਉਹਨਾਂ ਨੂੰ ਕੋਈ ਸਹਾਰਾ ਨਹੀਂ ਹੁੰਦਾ ਕਦੀ ਕਿਸੇ ਘਰ ਤੋਂ ਕਦੀ ਕਿਸੇ ਘਰ ਤੋਂ ਕੋਈ ਜੀਣ ਦੇ ਲਈ ਉਹਨਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰ ਦਿੰਦਾ ਪਰ ਸਰਕਾਰ ਨੇ ਕਿਹਾ ਇਹਨਾਂ ਲੋਕਾਂ ਨੂੰ ਵੀ ਜ਼ਰੂਰਤ ਹੈ ਚਲੋ ਉਹਨਾਂ ਲਈ ਇੱਕ ਸਕੀਮ ਚਲਾਈ ਤੀ ਹੁਣ ਹੁੰਦਾ ਕੀ ਹੈ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਨੇ ਯੂ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਪਰ ਉਹ ਰਾਸ਼ਨ ਕਾਰਡ ਦੀ ਸਹੂਲਤ ਦਾ ਆਨੰਦ ਮਾਣਦੇ ਨੇ ਉਹ ਅਨਾਜ ਮੁਫਤ ਵਿੱਚੋਂ ਮਿਲਦਾ ਉਹ ਵੀ ਲੈਂਦੇ ਨੇ ਪਰ ਇਹ ਗਲਤ ਹੈ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਭਾਰਤ ਵਿੱਚ ਵੀ ਹੋ ਰਿਹਾ ਹੈ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਕਾਰਡ ਕੱਟੇ ਗਏ ਪੰਜਾਬ ਚ ਸਤੰਬਰ ਮਹੀਨੇ 2022 ਦੀ ਗੱਲ ਹੈ ਸਰਕਾਰ ਜਦੋਂ ਆਈ ਸਰਕਾਰ ਨੇ ਕਿਹਾ ਕਿ ਅਸੀਂ ਸਮੀਖਿਆ ਕਰਾਵਾਂਗੇ ਕਿਹੜੀ ਥਾਂ ਤੇ ਸਹੀ ਕਾਰਡ ਹੈ ਕਿਹੜੀ ਥਾਂ ਤੇ ਗਲਤ ਬਣੇ ਹੈ ਜਿੱਥੇ ਗਲਤ ਬਣੇ ਹੈ ਤੇ ਅਸੀਂ ਉਹਨਾਂ ਤੇ ਕਾਰਵਾਈ ਵੀ ਕਰਾਂਗੇ ਫਿਰ ਸਮਾਂ ਹੁੰਦਾ ਉਹਦੇ ਵਿੱਚ ਕੁਸ਼ਕ ਵੀਡੀਓ ਥੋੜੇ ਤੱਕ ਵੀ ਪਹੁੰਚੀਆਂ ਹੋਣੀਆਂ ਕੋਈ ਲਗਜ਼ਰੀ ਗੱਡੀਆਂ ਲੈ ਕੇ ਆਉਂਦਾ ਡਿੱਗੀ ਖੋਲ ਦੇ ਵਿੱਚ ਚੱਲ ਬੋਰਾ ਆਟੇ ਦਾ ਰੱਖਿਆ ਕਣਕ ਦੀ ਬੋਰੀ ਰੱਖੀ ਹੁਣ ਜਿਹੜਾ ਪਰਿਵਾਰ ਇੱਕ ਪਾਸੇ ਰਿਕਸ਼ਾ ਚਲਾਉਂਦਾ ਮਜ਼ਦੂਰ ਇੱਕ ਉਹ ਪਰਿਵਾਰ ਜਿਹੜਾ ਦਿਹਾੜੀ ਟੱਪਾ ਕਰਦਾ ਤੇ ਮਹੀਨੇ ਵਿੱਚ 4-4 5-5 ਦਿਹਾੜੀਆਂ ਲੱਗਦੀਆਂ ਨਹੀਂ ਕਈਆਂ ਦੀ ਉਹਨਾਂ ਲਈ ਤਾਂ ਮੰਨਿਆ ਸਹੂਲਤ ਹੈਗੀ ਆ ਪਰ ਜਿਹੜਾ ਬੰਦਾ ਆਵੇ ਹੁਣ 10-12 ਲੱਖ ਵਾਲੀ ਗੱਡੀ 'ਚ ਇੱਕ ਬੰਦਾ ਤਾਂ 30 ਲੱਖ ਵਾਲੀ ਗੱਡੀ ਦੇ ਵਿੱਚ ਇਹ ਕਣਕ ਲੈ ਕੇ ਗਿਆ ਫਿਰ ਹੁਸ਼ਿਆਰਪੁਰ ਦੀ ਵੀਡੀਓ ਸਾਹਮਣੇ ਆ ਗਈ ਉਹਦੇ ਵਿੱਚ ਵੀ ਲਗਜ਼ਰੀ ਗੱਡੀ ਦੇ ਵਿੱਚ ਆਟਾ ਜਾਂ ਕਣਕ ਸੀਗੀ ਉਹ ਰੱਖ ਕੇ ਲੈ ਗਿਆ ਡਿੱਗੀਆਂ ਤੇ ਸਹੀ ਨਹੀਂ ਰੜਾ ਪੈ ਗਿਆ ਅਖੇ ਜੀ ਮਾਲਕਾਂ ਨੇ ਸਾਨੂੰ ਗੱਡੀ ਦਿੱਤੀ ਆ ਮਾਲਕਾਂ ਨੇ ਗੱਡੀ ਤਾਂ ਜੇ ਦਿੱਤੀ ਆ ਤੇ ਮਾਲਕ ਵੀ ਫੇ ਕਿਦਾਂ ਦੇ ਹੋਣਗੇ ਤੇ ਜਿਨ੍ਹਾਂ ਨੇ ਇਹ ਆਟਾ ਜਾਂ ਦਾਲ ਵਰਤਣੀ ਹੈ ਉੱਥੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਬਹੁਤ ਸਾਰੇ ਲੋਕ ਤਾਂ ਕੱਪੜਿਆਂ ਤੋਂ ਵੀ ਪਛਾਣ ਲੈਂਦੇ ਆ ਹਾਲਾਂਕਿ ਕੱਪੜਿਆਂ ਤੋਂ ਕਦੀ ਵੀ ਇਨਸਾਨ ਦੀ ਪਛਾਣ ਹੁੰਦੀ ਨਹੀਂ ਕੋਈ ਕਦੀ ਕਦੀ ਸਿੰਪਲ ਬੰਦਾ ਵੀ ਤੁਰਿਆ ਹੁੰਦਾ ਪਰ ਵੱਡੀ ਹਸਤੀ ਹੋ ਸਕਦੀ ਆ ਪਰ ਇੱਥੇ ਜਿਸ ਹਿਸਾਬ ਦੇ ਨਾਲ ਸਤੰਬਰ ਵਿੱਚ 40 ਲੱਖ 68000 ਰਾਸ਼ਨ ਕਾਰਡਾਂ ਦੀ ਪੜਤਾਲ ਦਾ ਕੰਮ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਗਲਤ ਤਰੀਕੇ ਨਾਲ ਬਣੇ ਹੋਏ ਨੇ ਲੁਧਿਆਣਾ ਮੋਰੀ ਰਿਹਾ ਹੁਣ ਲੁਧਿਆਣੇ ਦੇ ਵਿੱਚ 46016 ਕਾਰਡ ਗਲਤ ਪਾਏ ਗਏ ਅੰਮ੍ਰਿਤਸਰ ਵਿੱਚ 36159 ਇਸੇ ਤਰ੍ਹਾਂ ਜੇਕਰ ਗੱਲ ਕਰੀਏ ਗੁਰਦਾਸਪੁਰ ਤੀਸਰੇ ਨੰਬਰ ਤੇ ਆਉਂਦਾ 21000 ਤੋਂ ਵੱਧ ਕਾਰਡ ਇੱਥੇ ਵੀ ਅਜੋਕ ਸੀਗੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਥਾਂਾਂ ਨੇ ਬਠਿੰਡੇ ਵਾਲੇ ਵੀ ਪਿੱਛੇ ਨਹੀਂ ਕਹਿੰਦੇ 20700 ਤੋਂ ਵੱਧ ਕਾਰਡ ਉੱਥੇ ਵੀ ਅਜੋਕ ਸੀਗੇ ਰੱਦ ਕਰ ਦਿੱਤੇ ਗਏ ਹੁਣ ਚੰਗਾ ਕਦਮ ਹੈ ਸਰਕਾਰ ਨੇ ਜੋ ਰੱਦ ਕੀਤਾ ਹੈ ਜਿਨ੍ਹਾਂ ਨੂੰ ਇਹ ਰਾਸ਼ਨ ਮਿਲਣਾ ਚਾਹੀਦਾ ਹੈ ਉਨ੍ਹਾਂ ਤੱਕ ਇਹ ਸਹੂਲਤ ਮਿਲਣੀ ਚਾਹੀਦੀ ਹੈ ਪਰ ਨਹੀਂ ਉਹਨਾਂ ਲੋਕਾਂ ਤੱਕ ਇਹ ਸਹੂਲਤ ਨਹੀਂ ਮਿਲਦੀ ਵੀ ਇਸ ਕਰਕੇ ਇਹਦਾ ਵਿਰੋਧ ਵੀ ਹੋਇਆ ਸੀਗਾ ਪਰ ਇਹਦੀ ਸੁਮਿਖਿਆ ਹੋਣੀ ਚਾਹੀਦੀ ਹੈ ਫਿਰ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਜਿੱਦਾਂ ਜਿੱਦਾਂ ਵੋਟਾਂ ਨਜ਼ਦੀਕ ਆਉਂਦੀਆਂ ਜਾਂਦੀਆਂ ਨੇ ਤਾਂ ਫਿਰ ਫੋਨ ਵੀ ਕੀਤੇ ਜਾਂਦੇ ਆ ਚਾਹੇ ਐਮਸੀ ਫੋਨ ਕਰ ਦੇਵੇ ਚਾਹੇ ਉੱਪਰਲੇ ਪਾਸੇ ਕੋਈ ਸਿਆਸਤਦਾਨ ਫੋਨ ਕਰ ਦੇ ਕਿ ਭਾਈ ਆ ਸਾਡਾ ਬੰਦਾ ਆ ਖਿਆਲ ਰੱਖਿਓ ਜੀ ਤੇ ਖਿਆਲ ਰੱਖਣਾ ਵੀ ਪੈਂਦਾ ਕਿਉਂਕਿ ਮਹੱਲੇ ਦੀਆਂ ਵੋਟਾਂ ਤੋਂ ਕੰਮ ਸ਼ੁਰੂ ਹੁੰਦਾ ਉੱਪਰ ਤੱਕ ਤਾਂ ਬਾਅਦ ਚ ਪਹੁੰਚਦੇ ਆ ਪਹਿਲਾਂ ਪਿੰਡ ਦੀ ਵੋਟ ਤੋਂ ਇੱਕ ਵੋਟ ਦੇ ਪਿੱਛੇ ਪੰਚੀ ਸਰਪੰਚੀ ਰਹਿ ਜਾਂਦੀ ਆ ਐਮਸੀ ਦੀ ਵੋਟ ਤੇ ਜਿਸ ਹਿਸਾਬ ਦੇ ਨਾਲ ਇਥੋਂ ਇੱਕ ਵੋਟ ਦੇ ਕਰਕੇ ਫਿਰ ਜਦੋਂ ਇਹ ਕਿਹਾ ਜਾਂਦਾ ਕਿ ਸਾਡਾ ਤਾਂ ਤੁਸੀਂ ਕਾਰਡ ਬਣਾਇਆ ਹੀ ਨਹੀਂ ਅਸੀਂ ਕਾਹਤੋਂ ਵੋਟ ਪਾਈਏ ਤਾਂ ਉੱਥੇ ਇਹ ਗੱਲਾਂ ਮੰਨਣੀਆਂ ਵੀ ਪੈਂਦੀਆਂ ਨੇ ਚਰਚਾਾਂਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਇਸ ਤੋਂ ਉੱਪਰ ਉੱਠਣ ਦੀ ਜ਼ਰੂਰਤ ਹੈ ਹੁਸ਼ਿਆਰਪੁਰ ਵਿੱਚ 17880 ਤੋਂ ਵੱਧ ਕਾਰਡ ਰੱਦ ਕੀਤੇ ਗਏ ਹੈ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਖੁਰਾਕ ਤੇ ਸਪਲਾਈ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 93% ਪੜਤਾਲ ਦਾ ਕੰਮ ਪੂਰਾ ਹੋ ਚੁੱਕਿਆ ਪਰ ਆਉਣ ਵਾਲੇ ਸਮੇਂ ਦੇ ਦੌਰਾਨ ਅਸੀਂ ਫਿਰ ਦੇਖਾਂਗੇ ਇੱਕ ਵਾਰੀ ਜਿੱਥੇ-ਜਿੱਥੇ ਜੋ-ਜੋ ਗਲਤ ਹੁੰਦਾ ਪਿਆ ਉਹਨੂੰ ਰੋਕਣ ਦਾ ਯਤਨ ਕਰਾਂਗੇ ਪਰ ਵਾਕਈ ਇਹ ਗੱਲ ਸੱਚ ਹੈ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਕੁਸ਼ਕ ਪਰਿਵਾਰ ਇਸ ਤਰ੍ਹਾਂ ਦੇ ਜੋ ਪਹਿਲੇ ਰੱਜੇ ਪੁੱਜੇ ਸੀ ਉਹਨਾਂ ਨੇ ਹੋਰ ਰੱਜਣ ਦਾ ਕੰਮ ਕੀਤਾ ਪਹਿਲਾਂ ਜਦੋਂ ਮਿੱਟੀ ਦਾ ਤੇਲ ਮਿਲਦਾ ਸੀ ਕੁਸ਼ਕ ਦੀਪੂਆਂ ਤੇ ਉੱਥੇ ਉਹ ਕਾਟ-ਕਟਦੇ ਸੀਗੇ ਉੱਥੇ ਜੇ 5 ਲੀਟਰ ਮਿਲਦਾ ਸੀ ਤਾਂ ਕਿਸੇ ਵੇਲੇ 4 ਲੀਟਰ ਕਿਸੇ ਵੇਲੇ 4.5 ਲੀਟਰ ਕਿਸੇ ਵੇਲੇ ਕੁੱਪੀਆਂ 'ਚ ਫਰਕ ਨਿਕਲਿਆ ਕਉਕੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਣਕ ਦੀਆਂ ਬੋਰੀਆਂ ਜੇਕਰ 35-40 ਕਿਲੋ ਪਰਿਵਾਰ ਨੂੰ ਦਾਣੇ ਮਿਲਦੇ ਸੀਗੇ 30 ਜਾਂ 35 ਕਿਲੋ ਉੱਥੇ ਵੀ ਵਿੱਚੋਂ ਕਾਟ-ਕੱਟ ਲਈ ਜਾਂਦੀ ਸੀ ਕਿਲੋ ਭਾਵੇਂ ਇੱਕ ਪਾਸੇ ਕੱਟਣ ਪਰ ਅੰਦਾਜ਼ਾ ਲਗਾਓ ਤੁਸੀਂ ਜੇਕਰ 50 ਜਣਾਂ ਨੂੰ ਮਿਲੇ ਤਾਂ ਕਿੰਨੀ ਬੋਰੀ ਬਣ ਜਾਂਦੀ ਹੈ ਅੱਧਾ ਕੁਇੰਟਲ ਬੋਰੀ ਦਾ ਸਿੱਧੇ ਬੰਦਾ ਤੇ ਬਾਜ਼ਾਰ ਦੇ ਵਿੱਚ ਜੇਕਰ ਵੇਚਣਾ ਸਿੱਧੇ ਰੂਪ ਚ ਬੰਦਾ ਪੈਸੇ ਪਿੱਛਾ ਜਾਂਦਾ ਹੁਣ ਜੇਕਰ 1200 ਰੁਪਇਆ ਬੰਦੇ ਨੂੰ ਵੱਛਦਾ ਪਿਆ ਇੱਕ ਪਿੱਛੇ ਤੇ ਅੰਦਾਜ਼ਾ ਲਗਾਓ ਕਿੰਨੀ ਕਮਾਈ ਕੀਤੀ ਜਾਂਦੀ ਹੋਣੀ ਹੈ ਇਹ ਸਾਰਾ ਕੁਝ ਰੁਕਣਾ ਚਾਹੀਦਾ ਹੈ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਹਿਲੀ ਵਾਰ ਨਹੀਂ ਕਿ ਇਸ ਵਾਰ ਕਾਰਡ ਰੱਦ ਕੀਤੇ ਗਏ ਵੈਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ 382000 ਕਾਰਡ ਰੱਦ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਸਕੀਮਾਂ ਚੱਲਦੀਆਂ ਸੀ ਨੀਲਾ ਕਾਰਡ ਸਮਾਰਟ ਕਾਰਡ ਰੂਪ ਬਦਲਿਆ ਇਹਨਾਂ ਦਾ ਪਰ ਇੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੇਲੇ ਵੀ ਕਪਲੇ ਹੁੰਦੇ ਆਏ ਆ ਚਲੋ ਇਹ ਤਾਂ ਲੋਕ ਕਪਲੇ ਕਰਦੇ ਆ ਹੁਣ ਤੁਸੀਂ ਕਹਿਣਾ ਸਿਆਸਤਦਾਨਾਂ ਦਾ ਜ਼ਿਕਰ ਹੀ ਨਹੀਂ ਕੀਤਾ 2000 ਕਰੋੜ ਰੁਪਏ ਦਾ ਕਪੜਾ ਕਰਕੇ ਚਲ ਗਏ ਜੇਲ੍ਹ ਹੋਈ ਬਾਅਦ ਚ ਜ਼ਮਾਨਤ ਤੇ ਨੇ ਅੱਜ ਕੱਲ ਚਲੋ ਉਹ ਵੱਖਰਾ ਵਿਸ਼ਾ ਹੈ ਪਰ ਇਹਨਾਂ ਜ਼ਰੂਰ ਹੈ ਜਿਸ ਹਿਸਾਬ ਦੇ ਨਾਲ 2017 ਦੇ ਵਿੱਚ ਵੀ 69000 ਕਾਰਡ ਕੱਟੇ ਗਏ ਫਿਰ 2018 ਵਿੱਚ 34972 ਕਾਰਡ ਕੱਟੇ ਗਏ ਉਸ ਤੋਂ ਬਾਅਦ 2019-20 ਦੇ ਵਿੱਚ ਵੀ 179000 170000 ਕਾਰਡ ਕੱਟੇ ਗਏ ਇੱਥੋਂ ਪਤਾ ਲੱਗਦਾ ਕਿ ਕਪੜਾ ਪਹਿਲਾਂ ਵੀ ਹੁੰਦਾ ਆਇਆ ਤਾਂ ਹੀ ਕਾਰਵਾਈ ਕੀਤੀ ਗਈ ਹੈ ਅੱਗੇ ਵਧਦੇ ਹਾਂ ਬਹੁਤ ਸਾਰੀਆਂ ਖਬਰਾਂ ਹੋ ਰਹੀ ਹੈ ਜਿੱਤੇ ਗੱਲਬਾਤ ਕਰਨੀ ਹੈ ਕਿਉਂਕਿ ਇਸ ਵੇਲੇ Arsainic ਤੌਰ ਦੇ ਉੱਪਰ ਵੀ ਕਿਹਾ ਜਾ ਰਿਹਾ ਹੈ ਕਿ ਖਾਦਾਂ ਦੀ ਵਰਤੋਂ ਵੱਧ ਕੀਤੀ ਜਾ ਰਹੀ ਹੈ ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਮ ਖੜੀਆਂ ਹੋ ਰਹੀਆਂ ਨੇ ਜਿਹਦੇ ਕਰਕੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਵਾਕਈ ਇਹ ਗੱਲ ਸਹੀ ਹੈ ਇਸ ਵੇਲੇ ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਹੁੰਦੀਆਂ ਪਈਆਂ ਨੇ ਪਿਛਲੇ ਦਿਨੀ ਮੈਂ ਇੱਕ ਡਾਕਟਰ ਸਾਹਿਬ ਦੀ ਇੰਟਰਵਿਊ ਸੁਣੀ ਉਹ ਕਹਿੰਦੇ ਸਾਡੇ ਬਾਡੀ ਦੇ ਹਾਰਮੋਨਸ ਬਦਲਦੇ ਜਾ ਰਹੇ ਨੇ ਹਾਰਮੋਨਸ ਕਿਉਂ ਬਦਲਦੇ ਪਏ ਆ ਕਿਉਂਕਿ ਸਰੀਰਕ ਤੌਰ ਤੇ ਹਾਰਮੋਨਸ ਦੁੱਧ ਦੀ ਨਾਲ ਬਦਲਦੇ ਪਏ ਕਿਉਂਕਿ ਅੱਜ ਕੱਲ ਜਿਹੜਾ ਜ਼ਿਆਦਾਤਰ ਦੁੱਧ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਮੱਝਾਂ ਗਾਵਾਂ ਦੇ ਟੀਕਾ ਲਾ ਕੇ ਚੋਇਆ ਜਾਂਦਾ ਜਿਹਦਾ ਅਸਰ ਸਿੱਧੇ ਤੌਰ ਤੇ ਔਰਤਾਂ ਤੇ ਵੀ ਪੈਂਦਾ ਪਿਆ ਮਰਦਾਂ ਤੇ ਵੀ ਪੈਂਦਾ ਔਰਤਾਂ ਤੇ ਇਹ ਅਸਰ ਪੈਂਦਾ ਪਿਆ ਮਾਂ ਬਣਨ ਵਿੱਚ ਸਮੱਸਿਆ ਆ ਰਹੀ ਹੈ ਬੰਦਿਆਂ ਤੇ ਇਹ ਜਿਹੜਾ ਅਸਰ ਪੈਂਦਾ ਪਿਆ ਸਪੰਮ ਕਰਦਾ ਪਿਆ ਹੁਣੇ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਜੇਕਰ ਇਹ ਹਾਲਾਤ ਨਾ ਸੁਧਰੇ ਉਕੇ ਸਾਡੇ ਲੋਕ ਇੱਥੇ ਇਹ ਨਿਗੇ ਵਿਦੇਸ਼ ਦੇ ਵਿੱਚ 3 ਦਿਨ ਪਹਿਲਾਂ ਇੱਕ ਸਰਵੇ ਸਾਹਮਣੇ ਆਇਆ ਉਹ ਕਹਿੰਦੇ ਮੱਝਾਂ ਤੇ ਗਾਵਾਂ ਦੇ ਨਾਲ ਜੇਕਰ ਕੋਲ ਮਿਊਜ਼ਿਕ ਚੱਲਦਾ ਹੋਵੇ ਤਾਂ ਜੁੱਧ ਜ਼ਿਆਦਾ ਦਿੰਦੀਆਂ ਨੇ ਇਹ ਅੱਜ ਦੀ ਖੋਜ ਹੋ ਸਕਦੀ ਹੈ ਪਰ ਬਹੁਤ ਸਾਰੇ ਮਾਹਰ ਇਸ ਤੇ ਬਹੁਤ ਸਾਰੇ ਬੁੱਧੀਜੀਵੀ ਪਹਿਲੇ ਇਹ ਗੱਲ ਕਰ ਗਏ ਆ ਕਿ ਜੇਕਰ ਪਸ਼ੂਆਂ ਨੂੰ ਖੁੱਲੇ ਵਿੱਚ ਚਰਾਇਆ ਜਾਵੇ ਤਾਂ ਖੁੱਲ ਕੇ ਦੁੱਧ ਦਿੰਦੇ ਆ ਉਹ ਤੇ ਇਹ ਤਾਂ ਸਰਵੇ ਅੱਜ ਹੁਣ ਲੱਗੇ ਨਾ ਖੋਜਾਂ ਅੱਜ ਹੁਣ ਲੱਗੀਆਂ ਪੁਰਾਣੇ ਸਮੇਂ ਦਾ ਵੀ ਦੇਖਿਆ ਜਾਵੇ ਅੱਜ ਕੱਲ੍ਹ ਜਿਸ ਹਸਾਬ ਦੇ ਨਾਲ ਹੁਣ ਜਦੋਂ ਮੱਝ ਚੋਣੀ ਹੈ ਗਾਂ ਚੋਣੀ ਹੈ ਬਹੁਤ ਸਾਰੇ ਹੋ ਸਕਦਾ ਲੋਕ ਸਹੀ ਵੀ ਤਰੀਕੇ ਨਾਲ ਸਾਰਾ ਕੰਮ ਕਰਦੇ ਹੋਣ ਪਰ ਬਹੁਤੇ ਥਾਵਾਂ ਤੇ ਟੀਕੇ ਵਾਲੀ ਗੱਲ ਆਉਂਦੀ ਹੈ ਤੁਸੀਂ ਖੁਦ ਦੱਸ ਸਕਦੇ ਹੋ ਕਮੈਂਟ ਕਰਕੇ ਦੱਸਿਓ ਤੁਸੀਂ ਕਦੀ ਇਹ ਚੀਜ਼ਾਂ ਦੇਖਿਆ ਤੁਸੀਂ ਕਦੀ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਪਣੇ ਇਲਾਕੇ 'ਚ ਇਹ ਗੱਲ ਸੁਣੀ ਹੈ ਕਿ ਇੱਥੇ ਵੀ ਟੀਕਾ ਲਾ ਕੇ ਮੱਝ ਚੋਈ ਜਾਂਦੀ ਹੈ ਕਿਉਂਕਿ ਇਹ ਪਹਿਲਾਂ ਵੀ ਚੱਲਦਾ ਰਿਹਾ ਹੁਣ ਵੀ ਕੁਝ ਥਾਵਾਂ ਤੋਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਉਹ ਵੀ ਇੱਕ ਕਾਰਨ ਬਣਦਾ ਹੈ ਸਿਹਤ ਖਰਾਬ ਕਰਨ ਦਾ ਹਾਰਮੋਨਸ ਇੰਬੈਲੈਂਸ ਕਰਨ ਦਾ ਪਰ ਹੁਣ ਵੱਡੇ ਪੱਧਰ ਤੇ ਰਸਾਇਣਿਕ ਖਾਦਾਂ ਦੀ ਲਗਾਤਾਰ ਵਰਤੋਂ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਵੈਸੇ ਤਾਂ 1966 ਤੋਂ ਕੰਮ ਸ਼ੁਰੂ ਹੁੰਦਾ ਹੈ ਹੋ ਸਕਦਾ ਬਾੜ ਤੋਂ ਵੀ ਹੋ ਗਿਆ ਹੋਵੇ ਪਰ ਅਸਲ ਦੇ ਵਿੱਚ ਮੰਨਦੇ 1966 ਤੋਂ ਹੈ ਪੰਜਾਬ ਦੇ ਵਿੱਚ ਕਿਸਾਨਾਂ ਤੇ ਪ੍ਰੈਕਟੀਕਲ ਕੀਤਾ ਗਿਆ ਕਣਕ ਤੇ ਝੋਨੇ ਦੀ ਫਸਲ ਵਿੱਚ ਚੋਖਾ ਵਾਧਾ ਹੋਇਆ ਕੋਈ ਸ਼ੱਕ ਨਹੀਂ ਕਿਸਾਨਾਂ ਦੀ ਆਮਦਨ ਵੀ ਵਧੀ ਹੈ ਹਰੀ ਕ੍ਰਾਂਤੀ ਦਾ ਨਾਮ ਜਨ ਨੂੰ ਦਿੱਤਾ ਗਿਆ ਪਰ 1969 ਤੋਂ ਬਾਅਦ ਇਹ ਗੱਲ ਵੀ ਨਾਲ-ਨਾਲ ਚੱਲੀ ਹੈ ਕਿ ਜਿਹੜੇ ਅਮੀਰ ਕਿਸਾਨ ਸੀ ਉਹ ਹੋਰ ਅਮੀਰ ਹੋ ਗਏ ਜਿਹੜੇ ਗਰੀਬ ਸੀ ਉਹ ਹੋਰ ਗਰੀਬ ਹੋ ਗਏ ਕਿਉਂਕਿ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲੀਆਂ ਜਿਨ੍ਹਾਂ ਦੇ ਕੋਲ ਪਹਿਲੇ ਕੁਝ ਸੀਗਾ ਜੇਕਰ ਇਸ ਤਰ੍ਹਾਂ ਦਾ ਰੌਲਾ ਪਿੰਦਾ ਰਿਹਾ ਤੇ ਉਦੋਂ ਦੀਆਂ ਰਸਾਇਣਕ ਖਾਦਾਂ ਦੀ ਕੀਤੀ ਜਾ ਰਹੀ ਵਰਤੋਂ ਦੇ ਕਰਕੇ ਅੱਜ ਪੰਜਾਬ ਦੇ ਇਹ ਹਾਲਾਤ ਬਣੇ ਨੇ ਪਿਛਲੇ 5 ਸਾਲਾਂ ਦੇ ਦੌਰਾਨ ਕਣਕ ਦੇ ਉਤਪਾਦਨ ਵਿੱਚ ਕਮੀ ਆਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਹੁਣ ਜੇਕਰ ਕਣਕ ਦੇ ਵਿੱਚ ਕਮੀ ਆਈ ਹੈ ਕੱਲ ਨੂੰ ਹੋ ਸਕਦਾ ਇਹ ਕਮੀ ਝੋਨੇ ਵਿੱਚ ਵੀ ਆ ਜਾਵੇ ਜੇਕਰ ਝੋਨੇ ਦੀ ਗੱਲ ਕਰਦੇ ਪਏ ਆ ਇੱਥੇ ਮੰਨਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਮੰਨ ਲਓ ਝੋਨਾ ਲਗਾਇਆ ਜਾਂਦਾ ਹੈ ਮਾਲਵੇ ਵਿੱਚ ਵੀ ਲੱਗਦਾ ਦੁਆਬੇ ਵਿੱਚ ਵੀ ਲੱਗਦਾ ਉਸ ਤੋਂ ਬਾਅਦ ਮਾਝੇ ਵਿੱਚ ਵੀ ਲੱਗਦਾ ਪਰ ਕਿੰਨੇ ਕੁ ਲੋਕ ਨੇ ਜਿਹੜੇ ਖੁਦ ਚੌਲ ਖਾਂਦੇ ਨੇ ਹੋ ਸਕਦਾ 15% ਹੁਣ 20% ਹੁਣ 25 ਜਾਂ 30% ਹੁਣ ਪਰ ਇਤੋਂ ਜ਼ਿਆਦਾਤਰ ਜਿਹੜੇ ਚੌਲ ਨੇ ਇਹ ਤਾਂ ਐਕਸਪੋਰਟ ਕਰਨ ਦਾ ਕੰਮ ਕੀਤਾ ਜਾਂਦਾ ਦੂਜੇ ਸੂਬਿਆਂ ਨੂੰ ਭੇਜੇ ਜਾਂਦੇ ਨੇ ਦੂਜੇ ਦੇਸ਼ਾਂ ਨੂੰ ਹੋ ਸਕਦਾ ਭੇਜੇ ਜਾਂਦੇ ਹੋਣ ਪਰ ਪਾਣੀ ਕਿੱਥੇ ਦਾ ਖਤਮ ਹੋ ਰਿਹਾ ਪਾਣੀ ਤਾਂ ਪੰਜਾਬ ਦਾ ਖਤਮ ਹੋ ਰਿਹਾ ਧਰਤੀ ਦਾ ਪਾਣੀ ਤਾਂ ਪੰਜਾਬ ਦਾ ਖਤਮ ਹੋ ਰਿਹਾ ਪਰ ਇਹਦੇ ਖਤਮ ਕਰਨ ਦੇ ਲਈ ਸਰਕਾਰਾਂ ਕਹਿ ਰਹੀਆਂ ਨੇ ਝੋਨੇ ਦੀ ਫਸਲ ਨਾ ਲਾਓ ਕੋਈ ਕਹ ਰਿਹਾ ਸਿੱਧੀ ਬਚਤ ਸਿੱਧੀ ਬਜਾਈ ਕਰੋ ਪਰ ਸਵਾਲ ਇੱਥੇ ਇਹ ਉੱਠਦਾ ਪਿਆ ਸਿੱਧੀ ਬਜਾਈ ਕਰਨ ਲਈ ਤਕਨੀਕ ਦਾ ਹੋਣਾ ਜ਼ਰੂਰੀ ਹੈ ਕੀ ਉਹ ਤਕਨੀਕ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਦੱਸੀ ਗਈ ਹੈ ਹੋ ਸਕਦਾ ਹੈ ਕੁਸ਼ਕ ਇਲਾਕਿਆਂ ਦੇ ਵਿੱਚ ਸਿੱਧੀ ਬਜਾਈ ਨਾਲ ਝੋਨਾ ਬੀਜਿਆ ਜਾਂਦਾ ਹੋਵੇ ਪਰ ਬਹੁਤੇ ਥਾਵਾਂ ਤੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬਹੁਤੇ ਥਾਰੇ ਸਾਰੇ ਕਿਸਾਨਾਂ ਨੂੰ ਅਜੇ ਤੱਕ ਸਖਲਾਈ ਪੂਰੀ ਨਹੀਂ ਦਿੱਤੀ ਗਈ ਸਹੂਲਤਾਂ ਦੀ ਘਾਟ ਹੈ ਤੇ ਉਹ ਸਹੂਲਤਾਂ ਦੀ ਘਾਟ ਜੋ ਤੱਕ ਪੂਰੀ ਨਹੀਂ ਹੁੰਦੀ ਉਹ ਤੱਕ ਕੰਮ ਅੱਗੇ ਵੱਧ ਰਹਿਣਾ ਨਹੀਂ ਮੂੰਗੀ ਦੀ ਐਮਐਸਪੀ ਸਰਕਾਰਾਂ ਕਹਿੰਦੀ ਅਸੀਂ ਐਮਐਸਪੀ ਦਵਾਂਗੇ ਕਿਸਾਨਾਂ ਨੇ ਬੀਚਤੀ ਐਮਐਸਪੀ ਤੇ ਚੱਕੀ ਮੂੰਗੀ ਕਿਸਾਨਾਂ ਨੇ ਚੰਡੀਗੜ੍ਹ 'ਚ ਧਰਨਾ ਲਗਾਇਆ ਠੀਕ ਹੈ ਖੇਤੀਬਾੜੀ ਮੰਤਰੀ ਸਾਹਿਬ ਦੇ ਨਾਲ ਆਉਂਦੇ ਦਿਨਾਂ ਨੂੰ ਮੁਲਾਕਾਤ ਹੋਣੀ ਹੈ ਹੋ ਸਕਦਾ ਉਹਦਾ ਕੋਈ ਹੱਲ ਨਿਕਲੇ ਪਰ ਇਹ ਜ਼ਰੂਰੀ ਹੈ ਇਸ ਵੇਲੇ ਕਿ ਲੋਕਾਂ ਨਾਲ ਕਿਸਾਨਾਂ ਨਾਲ ਵਾਅਦੇ ਜੇਕਰ ਕੀਤੇ ਉਹ ਪੂਰੇ ਤਾਂ ਕੀਤੇ ਜਾਣ ਜੇਕਰ ਐਮਐਸਪੀ ਉਤੇ ਮਿਲਦਾ ਨਹੀਂ ਤਾਂ ਫਿਰ ਚਲੋ ਅਸੀਂ ਰਸਾਇਣਿਕ ਖਾਦਾਂ ਦੀ ਗੱਲ ਕਰਦੇ ਪਏ ਆ ਇਸ ਵੇਲੇ 2017-18 ਵਿੱਚ 178 ਲੱਖ ਮੀਟ੍ਰਿਕ ਟਨ ਤੋਂ ਘਟ ਕੇ 2021-22 ਵਿੱਚ 149 ਲੱਖ ਮੀਟ੍ਰਿਕ ਟਨ ਹੀ ਕਣਕ ਰਹਿ ਗਈ ਸੀ ਤੇ ਹੁਣ ਜੇਕਰ ਹਰ ਵਾਰ ਹੀ ਉਤਪਾਦਨ ਘਟਦਾ ਜਾ ਰਿਹਾ ਹੈ ਕੀ ਵਾਕਈ ਇਹ ਸੱਚ ਗੱਲ ਹੈ ਕਿ ਧਰਤੀ ਹੇਟਲੀ ਜ਼ਮੀਨ ਜੋ ਉਪਜਾਊ ਪਾਨਾ ਹੈ ਉਹ ਘਟਦਾ ਜਾ ਰਿਹਾ ਹੈ ਸਿਆਣੇ ਲੋਕ ਕੀ ਕਹਿੰਦੇ ਆ ਕਿ ਜੇਕਰ ਫਸਲੀ ਚੱਕਰ ਨੂੰ ਅਪਣਾ ਲਿਆ ਜਾਵੇ ਫਸਲ ਬੀਜੋ ਫਿਰ ਕੋਈ ਦਾਲਾ ਬੀਜ ਦੋ ਤੇ ਨਾਲ ਨਾਲ ਇੱਕ ਸਾਲ ਖਾਲੀ ਰੱਖ ਦੋ ਤਾਂ ਫਿਰ ਬਹੁਤ ਵਧੀਆ ਫਸਲ ਹੋ ਸਕਦੀ ਹੈ ਤੁਸੀਂ ਇਸ ਗੱਲ ਬਾਰੇ ਕੀ ਕਹਿੰਦੇ ਆ ਤੁਸੀਂ ਆਪਣੇ ਪਹਿਲਾਂ ਵਿਚਾਰ ਦੱਸਿਓ ਕਮੈਂਟ ਕਰਕੇ ਦੱਸਿਓ ਕਿ ਜੇਕਰ ਫਸਲੀ ਚੱਕਰ ਨੂੰ ਅਪਣਾ ਲਿਆ ਜਾਵੇ ਤਾਂ ਕੀ ਪੰਜਾਬ ਦੀ ਖੇਤੀ ਵਿੱਚ ਸੁਧਾਰ ਹੋ ਸਕਦਾ ਕੀ ਜੇਕਰ ਜਿਸ ਤਰ੍ਹਾਂ ਮਾਹਰ ਕਹਿੰਦੇ ਨੇ ਕਿ ਇੱਕ ਸਾਲ ਜ਼ਮੀਨ ਖਾਲੀ ਛੱਡ ਦਿਓ ਤਾਂ ਫਿਰ ਕਿਸਾਨ ਕਰਨਗੇ ਕੀ ਉੱਥੇ ਇੱਕ ਸਾਲ ਲਈ ਹੁਣ ਭੁੱਖੇ ਤਾਂ ਕਿਸੇ ਨੇ ਬੈਠਣਾ ਨਹੀਂ ਕਿਉਂਕਿ ਰੋਜ਼ੀ ਰੋਟੀ ਉਹਨਾਂ ਲਈ ਮੁੱਖ ਤੌਰ ਤੇ ਸਾਧਨ ਹੈ ਤੇ ਜੇਕਰ ਰਸਾਇਣਿਕ ਖਾਦਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਹੋਰ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਵਧਾਇਆ ਜਾ ਸਕਦਾ ਉਤਪਾਦਨ ਨੂੰ ਤੁਹਾਨੂੰ ਜੇਕਰ ਲੱਗਦਾ ਭਾ ਕਿ ਆਹ ਚੀਜ਼ ਦੀ ਵਰਤੋਂ ਨਾਲ ਢੇਰ ਪਾ ਦਿਓ ਜੀ ਆ ਫਲਾਨੀ ਚੀਜ਼ ਪਾ ਦਿਓ ਜੀ ਇਹਦੇ ਨਾਲ ਉਤਪਾਦਨ ਵਧ ਸਕਦਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਮਸਲਾ ਇਹ ਵੀ ਬਹੁਤ ਗੰਭੀਰ ਹੈ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ ਧਰਤੀ ਹੇਠਲੀ ਤਾਂ ਇਹ ਆਉਣ ਵਾਲੇ ਸਮੇਂ ਦੇ ਦੌਰਾਨ ਇੱਕ ਚਿੰਤਾ ਦੀ ਗੱਲ ਬਣਦੀ ਜਾ ਰਹੀ ਹੈ ਜੇਕਰ ਇਧਰ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਨੁਕਸਾਨ ਵੱਡੇ ਪੱਧਰ ਤੇ ਹੋ ਜਾਵੇ ਗੱਲ ਕਰਨਾਟਕ ਦੀ ਵੀ ਕਰਨੀ ਹੈ ਕਰਨਾਟਕ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਉਹ ਕਹਿੰਦੇ ਨੇ ਕਿ ਰਿਸ਼ਵਤ ਦੇਣ ਵਾਲੇ ਜਿਹੜੇ ਨੇ ਉਹਨਾਂ ਤੇ ਵੀ ਕਿਉਂ ਨਾ ਕਾਰਵਾਈ ਹੋਵੇ ਇਹ ਗੱਲ ਉਹਨਾਂ ਨੇ ਪੁੱਛੀ ਹੈ ਅਕਸਰ ਅਸੀਂ ਇਹ ਗੱਲ ਸੁਣਦੇ ਆ ਕਿ ਜਿਸ ਬੰਦੇ ਨੇ ਰਿਸ਼ਵਤ ਲਈ ਹੈ ਉੱਤੇ ਹੀ ਕਾਰਵਾਈ ਹੁੰਦੀ ਪਈ ਹੈ ਪਰ ਸਵਾਲ ਤਾਂ ਇਹ ਵੀ ਵੱਡਾ ਨਾ ਅਦਾਲਤ ਦੇ ਅਨੁਸਾਰ ਕਿ ਜਿਹਨੇ ਰਿਸ਼ਵਤ ਦਿੱਤੀ ਹੈ ਕਾਰਵਾਈ ਉੱਤੇ ਵੀ ਹੋਣੀ ਚਾਹੀਦੀ ਹੈ ਹੁਣ ਜਿਹੜੇ ਬੰਦੇ ਨੇ ਕੰਮ ਕਰਉਣਾ ਪਹਿਲਾਂ ਸੈਟਿੰਗ ਕਰ ਲੈਂਦੇ ਆ 5000 ਦੇ ਦਾਂਗੇ ਜੀ 10000 ਦੇ ਦਾਂਗੇ 20000 ਦੇ ਦਾਂਗੇ ਜਦੋਂ ਉਹਦਾ ਕੰਮ ਅੜ ਜਾਂਦਾ ਜਾਂ ਹੋਰ ਪੈਸੇ ਮੰਗੇ ਜਾਂਦੇ ਆ ਤੇ ਕਹਿੰਦੇ ਰਿਪੋਰਟਾਂ ਉਹੀ ਕਰਦੇ ਬਾਅਦ ਦੇ ਵਿੱਚ ਕੀ ਗੱਲ ਹੈ ਬਿਲਕੁਲ ਠੀਕ ਹੈ ਤੁਹਾਡੀ ਸਹਿਮਤੀ ਜਾਂ ਨਾ ਸਹਿਮਤੀ ਤੁਹਾਨੂੰ ਇਹ ਗੱਲ ਕਿਵੇਂ ਲੱਗਦੀ ਹੈ ਤੁਸੀਂ ਇਹਦੇ ਬਾਰੇ ਵੀ ਕਮੈਂਟ ਕਰਕੇ ਦੱਸੋ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਲੰਬੇ ਸਮੇਂ ਤੋਂ ਚਰਚਾ ਚੱਲਦੀ ਰਹਿੰਦੀ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪਰ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਕਿੱਤੋਂ ਹੁੰਦੀ ਹੈ ਸ਼ੁਰੂਆਤ ਤਾਂ ਇਨਸਾਨ ਤੋਂ ਹੀ ਹੁੰਦੀ ਹੈ ਉਹ ਇਨਸਾਨ ਜਿਹੜਾ ਕੰਮ ਕਰਾਉਣਾ ਚਾਹੁੰਦਾ ਸਰਕਾਰੀ ਦਫ਼ਤਰਾਂ ਦੇ ਵਿੱਚ ਹਮੇਸ਼ਾ ਹੀ ਬੋਲ ਵਾਲਾ ਰਿਹਾ ਇਹ ਕਿ ਪੈਸੇ ਤੋਂ ਬਿਨਾ ਕੰਮ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੀ ਸਰਕਾਰ ਇਹ ਦਾਵਾ ਕਰਦੀ ਹੈ ਕਿ ਜਦੋਂ ਦੇ ਅਸੀਂ ਆਏ ਹਾਂ ਜਦੋਂ ਦੇ ਅਸੀਂ ਆਏ ਹਾਂ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ 1 ਰੁਪਿਆ ਨਹੀਂ ਲਿਆ ਜਾਂਦਾ ਪਰ ਬਹੁਤ ਸਾਰੇ ਲੋਕ ਅਜੇ ਵੀ ਇਸ ਗੱਲ ਨਾਲ ਸਹਿਮਤ ਨਹੀਂ ਉਹ ਕਹਿੰਦੇ ਆ ਕਿ ਠੀਕ ਹੈ ਸਰਕਾਰ ਆਈਏ ਕੋਸ਼ਕਥਾਵਾਂ ਤੇ ਲੋਕਾਂ ਨੇ ਪੈਸਾ ਨਾ ਦੇ ਕੇ ਕੰਮ ਵੀ ਕਰਵਾਇਆ ਸਮਾ ਵੀ ਸੈੱਟ ਹੋਇਆ ਸਵੇਰੇ ਸਵੇਰੇ ਅਫਸਰਾਂ ਦੇ ਸਮੇਂ ਦੇ ਵਿੱਚ ਪਰਵਰਤਨ ਵੀ ਆਇਆ ਉਹਨਾਂ ਨੇ ਟਾਈਮ ਸਰ ਪੁੱਛਣਾ ਸ਼ੁਰੂ ਵੀ ਕਰ ਦਿੱਤਾ ਪਰ ਅਜੇ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦਾ ਕੰਮ ਹੋਰ ਹੈ ਅੰਦਰ ਖਾਤੇ ਹੋ ਰਿਹਾ ਅਫਸਰ ਆਪ ਨਹੀਂ ਕਹਿੰਦੇ ਬੰਦੇ ਰੱਖੇ ਹੋਏ ਨੇ ਏਜੰਟ ਰੱਖੇ ਹੋਏ ਨੇ ਜੇਕਰ ਏਜੰਟ ਰੱਖੇ ਹੋਏ ਨੇ ਤਾਂ ਉਹਨਾਂ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਭਾਰਤ ਦੇ ਬਹੁਤ ਸਾਰੇ ਥਾਵਾਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਹੀ ਜਾਂਦੀਆਂ ਨੇ ਕੋਈ ਕਹਿੰਦਾ ਜੀ ਇੱਥੇ ਪੈਸੇ ਤੋਂ ਬਿਨਾ ਕੰਮ ਹੁੰਦਾ ਹੀ ਨਹੀਂ ਖਬਰਾਂ ਇਹ ਵੀ ਆ ਜਾਂਦੀਆਂ ਕਿ ਚਲਾਨ ਹੋਣ ਲੱਗਿਆ ਉਹ ਕਹਿੰਦੇ ਜੀ ਚਲਾਨ ਟਾੜਾ ਕਰ ਦੇਣਾ ਪਰ ਬਾਅਦ ਚ ਕਹਿੰਦੇ ਰੋਕ ਵੀ ਦਿੱਤਾ ਜਾਂਦਾ ਸੈਡ ਨੂੰ ਹੋ ਕੇ ਇਕੱਠਾ じゃ ਕਰਕੇ ਕੁਝ ਫੜਾਇਆ ਜਾਂਦਾ ਜੇ ਕਾਗਜ਼ ਇਕੱਠੇ ਕਰਕੇ ਫੜਾਇਆ ਜਾਂਦੇ ਆ ਹੋ ਸਕਦਾ ਉਹਨਾਂ ਚਲਾਨ ਨਾ ਹੁੰਦਾ ਹੋਵੇ ਪਰ ਅੱਜ ਕੱਲ ਕੈਮਰੇ ਦੀ ਅੱਖ ਤੋਂ ਕੋਈ ਨਹੀਂ ਬਚਦਾ ਸਾਰੇ ਡਰਦੇ ਪਏ ਨੇ ਉਹਨਾਂ ਨੂੰ ਪਤਾ ਕਿਸੇ ਵੇਲੇ ਵੀ ਵੀਡੀਓ ਬਣ ਸਕਦੀ ਐ ਇਸ ਕਰਕੇ ਕੰਮ ਖਟਿਆ ਇਹ ਜਿਹੜੇ ਦੋਸ਼ ਲੱਗਦੇ ਪਏ ਨਾ ਇਹ ਦੋਸ਼ ਵੀ ਸਹੀ ਨਹੀਂ ਪੰਜਾਬ ਪੁਲਿਸ ਦੀ ਜੇਕਰ ਗੱਲ ਕੀਤੀ ਹੈ ਨਾ ਇੱਥੇ ਚਲਾਨ ਵਾਲੀ ਤਾਂ ਸਾਰੇ ਹੀ ਲੰਬੇ ਸਮੇਂ ਤੋਂ ਦੋਸ਼ ਬਹੁਤ ਲੱਗਦੇ ਨੇ ਬਹੁਤ ਸਾਰੀਆਂ ਥਾਵਾਂ ਤੋਂ ਇਹ ਖਬਰਾਂ ਵੀ ਆ ਜਾਂਦੀਆਂ ਨੇ ਕਿ ਫਲਾਨੀ ਥਾ ਤੇ ਉਹਨੇ ਇੰਨੇ ਪੈਸੇ ਲੈ ਲਏ ਉਸ ਬੰਦੇ ਨੇ ਇੰਨੇ ਪੈਸੇ ਲੈ ਲਏ ਉਹ ਚਲਾਨ ਕੱਟਣ ਲੱਗਿਆ ਸੀ ਜੀ ਗੱਡੀ ਦੇ ਵਿੱਚ ਆ ਕੁਝ ਕਰ ਦਿੱਤਾ ਹੈ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਆ ਜੋ ਚੰਗਾ ਕੰਮ ਵੀ ਕਰਦੇ ਨੇ ਪੰਜਾਬ ਪੁਲਿਸ ਦੀ ਅੱਜ ਇੱਕ ਉਦਾਹਰਣ ਹੈ ਮੈਂ ਕਿਹਾ ਚਲੋ ਨਾਲ ਹੀ ਜ਼ਿਕਰ ਕਰ ਲੈਂਦੇ ਆ ਇੱਕ ਨੌਜਵਾਨ ਦੀ ਖਬਰ ਆਈ ਅੰਮ੍ਰਿਤਸਰ ਵਾਲੇ ਪਾਸਿਓਂ ਕੱਲ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਗੱਡੀ ਦੇ ਵਿੱਚ ਜਿੱਥੇ ਲਾਈਟ ਹੁੰਦੀ ਹੈ ਅਗਲੇ ਪਾਸੇ ਉਹਦੇ ਵਿੱਚ ਇੱਕ ਕੁੱਤਾ ਸੀ ਉਹਦਾ ਸਿਰ ਫਸਿਆ ਹੋਇਆ ਹੈ ਹੁਣ ਹੋ ਸਕਦਾ ਉਹ ਸਿਰ ਇੱਕ ਦਿਨ ਦਾ ਫਸਿਆ ਹੋਵੇ ਹੋ ਸਕਦਾ ਕਿਸੇ ਨਾ ਕਿਸੇ ਨੇ ਉਹਨੂੰ ਦੇਖਿਆ ਹੋਵੇ ਇਹ ਵੀ ਹੋ ਸਕਦਾ ਕਿ ਕਈ ਲੋਕ ਲੰਘੇ ਹੁਣ ਤੇ ਕਿਸੇ ਨੇ ਦੇਖਿਆ ਵੀ ਨਾ ਹੋਵੇ ਪਰ ਕਾਂਸਟੇਬਲ ਲੱਕ ਬਲਵਿੰਦਰ ਸਿੰਘ ਉਹਦੀ ਨਿਗਾ ਪੈ ਗਈ ਹੁਣ ਉਹ ਸੋਸ਼ਲ ਮੀਡੀਆ ਤੇ ਵੀਡੀਓ ਹੋ ਰਹੀ ਹੈ ਪੰਜਾਬ ਪੁਲਿਸ ਨੇ ਆਪਣੇ ਪੇਜ ਤੇ ਸ਼ੇਅਰ ਕੀਤੀ ਹੈ ਉਹ ਨੌਜਵਾਨ ਨੇ ਦੇਖਿਆ ਖੂਨੋਂ ਖੂਨ ਹੋਇਆ ਪਿਆ ਕੁੱਤਾ ਤੇ ਉਹਨੇ ਆਪਣੇ ਵੱਲੋਂ ਬਚਾਉਣ ਦਾ ਯਤਨ ਕੀਤਾ ਸੋ ਬਹੁਤ ਸਾਰੇ ਜੇਕਰ ਦੋਸ਼ ਲੱਗਦੇ ਵੀਰੇ ਦੇ ਅੰਡੇਾਂ ਵਾਲੀ ਗੱਲ ਵੀ ਹੁੰਦੀ ਹੈ ਰੇੜੀ 'ਚ ਲੱਤਾਂ ਵੀ ਮਾਰ ਦਿੰਦੇ ਨੇ ਪਰ ਉੱਥੇ ਇਦਾਂ ਦੇ ਵੀ ਮੁਲਾਜ਼ਮ ਨੇ ਜਿਹੜੇ ਆਪਣੇ ਵੱਲੋਂ ਸਹੀ ਕੰਮ ਕਰਨ ਦਾ ਯਤਨ ਕਰਦੇ ਨੇ ਸੋ ਉਹਨਾਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਪਰ ਨਾਲ ਦੀ ਨਾਲ ਜਦੋਂ ਗੱਡੀ ਦਾ ਚਲਾਨ ਹੋਣ ਲੱਗਦਾ ਅਗਲੇ ਪਾਸੇ ਨੂੰ ਆਉ ਮੜਾ ਜਾ ਅਗਲੇ ਪਾਸੇ ਨੂੰ ਆਉ ਮੜਾ ਜਾ ਤੇ ਅਗਲੇ ਪਾਸੇ ਕਿਉਂ ਜਾਂਦੇ ਆ ਇੱਥੋਂ ਵੀ ਪਤਾ ਹੈ ਸਾਰਾ ਕੰਮ ਠੀਕ ਹੋਣਾ ਚਾਹੀਦਾ ਪਰ ਜਿਹੜੀ ਅਦਾਲਤ ਨੇ ਇਹ ਗੱਲ ਕਹੀ ਹੈ ਕਰਨਾਟਕ ਦੀ ਅਦਾਲਤ ਨੇ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਰਿਸ਼ਵਤ ਲੈਣ ਵਾਲਿਆਂ ਦੇ ਖਿਲਾਫ ਤਾਂ ਕਾਰਵਾਈ ਹੁੰਦੀ ਹੈ ਦੇਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਵੇ ਫੈਸਲਾ ਚੰਗਾ ਲੱਗਦਾ ਹੈ ਬਾਕੀ ਆਉਂਦੇ ਦਿਨਾਂ ਨੂੰ ਇੱਥੇ ਹੋ ਸਕਦਾ ਲੋਕਾਂ ਦੀ رائے ਮੰਗੀ ਜਾਵੇ ਹੋ ਸਕਦਾ ਕਿ ਲੋਕ ਕੀ ਸੋਚਦੇ ਨੇ ਉਹ ਵੀ ਦੱਸਿਆ ਜਾਵੇ ਗਲਤੀ ਦੋਹਾਂ ਦੀ ਹੁੰਦੀ ਹੈ ਕੰਮ ਕਰਨ ਵਾਲੇ ਨੇ ਵੀ ਪੈਸਾ ਲੈਣਾ ਕੰਮ ਕਰਾਉਣ ਵਾਲੇ ਨੇ ਵੀ ਪੈਸਾ ਲੈਣਾ ਸੋ ਦੇਖਦੇ ਹਾਂ ਇਸ ਮਸਲੇ ਦਾ ਆਉਣ ਵਾਲੇ ਸਮੇਂ 'ਚ ਬਣਦਾ ਕੀ ਹੈ ਪਰ ਇਨਾ ਜ਼ਰੂਰ ਹੈ ਜਿਸ ਸਾਹਮਣੇ ਇੱਕ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲਾਤ ਚਿੰਤਾਜਨਕ ਨੇ ਪ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਜਿਹੜਾ ਭਾਵੇਂ ਡੁੰਗੀਆਂ ਫੈਲੀਆਂ ਹੋਈਆਂ ਨੇ ਗੱਲ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਭ ਤੋਂ ਵੱਧ ਚਰਚਾ ਹੁੰਦੀ ਹੈ ਆਰਥਿਕ ਆਜ਼ਾਦੀ ਦੀ ਆਰਥਿਕ ਆਜ਼ਾਦੀ ਕੀ ਹੈ ਬਹੁਤ ਸਾਰੇ ਲੋਕ ਨੇ ਇਸ ਦੁਨੀਆ ਤੇ ਜਿਹੜੇ ਖੁਸ਼ ਰਹਿਣਾ ਚਾਹੁੰਦੇ ਆ ਖੁਸ਼ ਰਹਿਣ ਦੇ ਲਈ ਘਰ ਦਾ ਹੋਣਾ ਜ਼ਰੂਰੀ ਹੈ ਪਰਿਵਾਰ ਹੋਣਾ ਜ਼ਰੂਰੀ ਹੈ ਪੈਸੇ ਦਾ ਹੋਣਾ ਜ਼ਰੂਰੀ ਹੈ ਇਹ ਲੋਕਾਂ ਆਮ ਗੱਲ ਕਹਿੰਦੇ ਆ ਪਰ ਇਸ ਵਾਲੇ ਬਹੁਤ ਜ਼ਰੂਰੀ ਹੈ ਆਰਥਿਕ ਆਜ਼ਾਦੀ ਦਾ ਹੋਣਾ ਕਿਉਂਕਿ ਜਿਸ ਤਹਾਬ ਦੇ ਨਾਲ ਭਾਰਤ ਦੇ ਹਾਲਾਤ ਬਣਦੇ ਜਾ ਰਹੇ ਨੇ ਜਿਸ ਹੱਬ ਦੇ ਨਾਲ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਵਰਲਡ ਬੈਂਕ ਹੁਣ ਇਹਨਾਂ ਨੇ ਤਾਜ਼ਾ ਅੰਕੜੇ ਪੇਸ਼ ਕੀਤੇ ਆ ਕਿ ਭਾਰਤ ਭਰ ਦੇ ਵਿੱਚ ਇਸ ਵੇਲੇ 719 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਆ 719 ਮਿਲੀਅਨ ਲੋਕ 1 ਮਿਲੀਅਨ 10 ਲੱਖ ਹੁਣ ਕਿੰਨੀ ਵੱਡੀ ਗਿਣਤੀ ਆ ਵਿਸ਼ਵ ਦੇ ਵਿੱਚ ਜਿਹੜੇ ਲੋਕ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਆ ਭਾਰਤ ਦੀ ਗੱਲ ਕਰੀਏ ਤਾਂ 34 ਮਿਲੀਅਨ ਜਨਤਾ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ ਗਰੀਬੀ ਨਹੀਂ ਗਰੀਬੀ ਰੇਖਾ ਤੋਂ ਹੇਠਾਂ ਮਤਲਬ ਉਹਨਾਂ ਦੇ ਕੋਲ ਖਾਣ ਲਈ ਰੋਟੀ ਨਹੀਂ ਤਿੰਨ ਟਾਈਮ ਦੀ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸ਼ਾਇਦ ਇਹ ਨਾ ਜਾਣਦੇ ਹੋਣ ਕਿ ਹੋਟਲਾਂ ਦੇ ਵਿੱਚੋਂ ਟੰਨਾ ਦਾ ਟੰਨ ਖਾਣਾ ਬਰਬਾਦ ਹੋ ਰਿਹਾ ਅਸੀਂ ਬਹੁਤ ਸਾਰੇ ਲੋਕ ਦੇਖੇ ਇਸ ਦੁਨੀਆ ਤੇ ਬਹੁਤ ਰੱਜੇ ਪੂਜੇ ਪਰਿਵਾਰ ਨੇ ਸਬਜ਼ੀ ਬਣਾਉਂਦੇ ਆ ਕੋਈ 2 ਕਿਲੋ ਬਣਾਉਂਦਾ ਸ਼ਾਮ ਨੂੰ ਕੋਈ 3 ਕਿਲੋ ਬਣਾਉਂਦਾ ਕੋਈ 1 ਕਿਲੋ ਬਣਾਉਂਦਾ ਹੋ ਸਕਦਾ ਕੋਈ ਅੱਧਾ ਕਿਲੋ ਨਾ ਵੀ ਸਾਰ ਲੈਂਦਾ ਇਦਾਂ ਦੇ ਵੀ ਲੋਕ ਨੇ ਜਿਹੜੇ ਰੋਟੀ ਦੇ ਸਿਰਫ ਚੋਪੜ ਕੇ ਖਾਂਦੇ ਆ ਕੋਈ ਲੂਣ ਮਿਰਚਾਂ ਨਾਲ ਗੁਜ਼ਾਰਾ ਵੀ ਕਰਦਾ ਕੱਲੇ ਲੂਣ ਨਾਲ ਵੀ ਖਾਂਦੇ ਮਿਰਚਾਂ ਮਹਿੰਗੀਆਂ ਹੁਣ ਤਾਂ ਕੋਈ ਚਟਨੀ ਕੱਟ ਲੈਂਦਾ ਕੋਟ ਲੈਂਦਾ ਕੋਈ ਅੰਬ ਦੇ ਚਾਰਨਾ ਖਾ ਲੈਂਦਾ ਤੇ ਕੁਛ ਲੋਕ ਇਸ ਤਰ੍ਹਾਂ ਦੇ ਵੀ ਨੇ ਇਸ ਦੁਨੀਆ ਤੇ ਜਿਹੜੇ ਕੌਲੀ ਪਰ ਲਾਂਦੇ ਆ ਹਮੇ ਸਵਾਦ ਨਹੀਂ ਲੱਗਾ ਜੇ ਅੱਛਾ ਨਹੀਂ ਲੱਗਾ ਕਿਆ ਕੇ ਛੱਡ ਦੇਣਾ ਰੋਟੀ ਸਾਈਡ ਸੇ ਕੱਚੀ ਲਗੀ ਐ ਇਹ ਲੋਕ ਕਰਦੇ ਨੇ ਇਦਾਂ ਹੋਟਲਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਛੱਡ ਦੇਣੀ ਰੋਟੀ ਪਰ ਟੰਨਾ ਦਾ ਟੰਨ ਖਾਣਾ ਖਰਾਬ ਹੋ ਰਿਹਾ ਤੇ ਜਿਹੜੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਨੇ ਉਹਨਾਂ ਬਾਰੇ ਤਾਂ ਕਦੀ ਸੋਚਿਆ ਨਹੀਂ ਪਿਛਲੇ ਸਮੇਂ ਇੱਕ ਚਰਚਾ ਹੋ ਚੱਲੀ ਭਾਰਤ ਵਿੱਚ ਕਹਿੰਦੇ ਬਹੁਤ ਸਾਰੇ ਧਾਰਮਿਕ ਸਥਾਨ ਨੇ ਇਦਾਂ ਦੇ ਧਾਰਮਿਕ ਸਥਾਨ ਵੀ ਆ ਜਿੱਥੇ ਸਾਲਾਨਾ 120 ਕਰੋੜ ਆਮਦਨ ਵੀ ਹੋ ਜਾਂਦੀ ਹੈ 5 ਸਾਲ ਬਾਅਦ ਧਾਰਮਿਕ ਸਥਾਨਾਂ ਨੂੰ ਖੋਲ ਕੇ ਉੱਥੋਂ ਦੀ ਕਮਾਈ ਦੇਖੀ ਜਾਂਦੀ ਹੈ ਤਾਂ ਇਹ ਵੀ ਪਤਾ ਲੱਗਦਾ ਹੈ ਕਿ 1 ਮਈ ਨੂੰ ਇਹ ਹੈ ਕਿ ਭਾਰਤ ਨੂੰ 2 ਸਾਲ ਤੱਕ ਲਗਾਤਾਰ 3 ਟਾਈਮ ਦਾ ਖਾਣਾ ਖੁਲਾਇਆ ਜਾ ਸਕਦਾ ਜਿੰਨੀ 1 ਦਿਨ ਦਾ ਉੱਥੇ 1 ਸਾਲ ਦਾ ਚੜਾਵਾ ਚੜਿਆ ਹੁੰਦਾ ਧਾਰਮਿਕ ਸਥਾਨਾਂ ਦੇ ਕਈ ਧਾਰਮਿਕ ਸਥਾਨ ਨੇ ਹੁਣ ਜੇਕਰ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਤਾਂ ਉਹ ਪੈਸਾ ਜਾਂਦਾ ਕਿੱਥੇ ਅਕਸਰ ਇਹ ਸੋਚਣ ਦੀ ਗੱਲ ਹੈ ਚਲੋ ਇਹ ਪੈਸਾ ਸ਼ਾਇਦ ਕਮੇਟੀਆਂ ਨੂੰ ਪਤਾ ਹੋਵੇਗਾ ਜਾਂ ਉੱਥੇ ਜਿਨ੍ਹਾਂ ਦਾ ਇਹ ਪ੍ਰਬੰਧਕ ਬੋਰਡ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ ਅਸੀਂ ਉਧਰ ਨੂੰ ਨਹੀਂ ਜਾਂਦੇ ਪਰ ਮਸਲਾ ਇਹ ਹੈ ਭਾਰਤ ਦੇ ਵਿੱਚ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਕਿ ਇਸ ਵੇਲੇ 34 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਆ ਜਦੋਂ ਇਹ ਮੁੱਦਾ ਉੱਠਦਾ ਪਾਰਲੀਮੈਂਟ ਵਿੱਚ ਮੁੱਦਾ ਉੱਠਿਆ ਇੱਕ ਵਾਰ ਸਿਆਸਤਦਾਨ ਨੇ ਕਾਂਗਰਸ ਦੇ ਇੱਕ ਅੱਜਕੱਲ੍ਹ ਸਮਾਜਵਾਦੀ ਪਾਰਟੀ ਵਿੱਚ ਨੇ ਉਹ ਕਹਿੰਦੇ ਨਹੀਂ ਜੀ ਨਹੀਂ 30 ਰੁਪਏ ਬਹੁਤ ਨੇ 30 ਰੁਪਏ ਦਾ ਖਾਣਾ ਇੱਕ ਦਿਨ ਦਾ ਇਹਨਾਂ ਲੋਕਾਂ ਲਈ ਬਹੁਤ ਹੈ ਤੇ ਆਪ ਦਿੱਲੀ ਦੇ ਇੱਕ ਹੋਟਲ ਦੇ ਵਿੱਚ ਇਹਨਾਂ ਸਿਆਸਤਦਾਨਾਂ ਦੀ 6000 ਤੋਂ ਲੈ ਕੇ 9000 ਰੁਪਏ ਦੀ ਪਲੇਟ ਇੱਕ ਟਾਈਮ ਦੀ ਆਉਂਦੀ ਸੀ ਕਹਿੰਦੇ ਪੱਤੇ ਵੀ ਮਿਲਦੇ ਉਹਨਾਂ ਨੂੰ ਤੇ ਆਮ ਲੋਕਾਂ ਦੀ ਜਦੋਂ ਗੱਲ ਕਰਨੀ ਆ 30 ਰੁਪਏ ਚ ਸਰਦਾ ਜੇ ਜਦੋਂ ਸਿਆਸਤਦਾਨਾਂ ਦੀ ਗੱਲ ਕਰਨੀ ਆ ਕੁਝ ਕੁ ਸਿਆਸਤਦਾਨ ਸਾਰੇ ਨਹੀਂ ਸਿਆਸਤਦਾਨ ਤੇ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਚਪਲਾਂ ਦੇ ਵਿੱਚ ਅੱਜ ਕੱਲ੍ਹ ਨੇ ਜਿਹੜੇ ਕੋਈ ਨਹੀਂ ਦੇਖਦੇ ਸਾਨੂੰ ਗੱਡੀਆਂ ਚਾਹੀਦੀਆਂ ਤੇ ਜਿਹੜੇ ਐਦਾਂ ਤੁਰੇ ਫਿਰਦੇ ਨੇ ਲੋਕਾਂ ਦੇ ਵਿੱਚ ਪਛਮੀ ਬੰਗਾਲ ਤੇ ਮਮਤਾ ਬਿਨਰਜੀ ਨੂੰ ਲੈ ਕੇ ਇੱਕ ਗੱਲ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਐ ਇੱਕ ਸੁਧਾਰਨ ਪਰਿਵਾਰ ਦੇ ਵਿੱਚ ਰਹਿੰਦੇ ਨੇ ਐਦਾਂ ਦੇ ਹੋਰ ਵੀ ਕਈ ਸਿਆਸਤਦਾਨ ਨੇ ਕਈਆਂ ਦੀਆਂ ਪ੍ਰਾਪਰਟੀਆਂ ਨੇ 168 ਕਰੋੜ ਦੀ ਪ੍ਰਾਪਰਟੀ ਹੋ ਗਈ ਵਾਧਾ ਹੋ ਗਿਆ 168 ਫੀਸਦੀ ਪ੍ਰਾਪਰਟੀ ਵਿੱਚ ਵਾਧਾ ਹੋ ਗਿਆ ਕਈ ਇਸ ਤਰ੍ਹਾਂ ਦੇ ਵੀ ਹੈਗੇ ਆ ਪਰ ਮਸਲਾ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਇਹ ਜੋ ਅੰਕੜੇ ਸਾਹਮਣੇ ਆਏ ਨੇ ਇਹ ਅੰਕੜੇ ਭਿਆਨਕ ਨੇ ਖਤਰਨਾਕ ਨੇ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਧਰ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਆਜ਼ਾਦੀ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਆਰਥਿਕ ਆਜ਼ਾਦੀ ਦਾ ਹੋਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਯਕੀਨੀ ਬਣਾਉਣਾ ਪੈਣਾ ਸਰਕਾਰਾਂ ਨੂੰ ਉਹਨਾਂ ਲੋਕਾਂ ਲਈ ਕਿ ਇਹਨਾਂ ਨੂੰ ਆਰਥਿਕ ਤੌਰ ਤੇ ਕੋਈ ਵੀ ਪਾੜਾ ਨਹੀਂ ਰੱਖਣਾ ਸੀ ਅਮੀਰ ਗਰੀਬ ਸਮਾਨਤਾ ਅਸਮਾਨਤਾ ਦੀ ਗੱਲ ਕਰਨੀ ਨਹੀਂ ਇਹ ਗੱਲ ਕਿਤਾਬਾਂ ਦੇ ਵਿੱਚ ਸਹੀ ਲੱਗਦੀ ਹੈ ਪਰ ਜਦੋਂ ਅਖਬਾਰਾਂ ਦੇ ਵਿੱਚ ਆਉਂਦੀ ਹੈ ਤਾਂ ਫਿਰ ਸਾਡੇ ਦੇਸ਼ ਦੇ ਸਿਆਸਤਦਾਨ ਵਿਦੇਸ਼ਾਂ ਵਿੱਚ ਜਾਂਦੇ ਨੇ ਸਾਡੇ ਦੇਸ਼ ਦੇ ਸਿਆਸਤਦਾਨ ਸਾਡੇ ਦੇਸ਼ ਦੇ ਵਿੱਚ ਰਹਿ ਕੇ ਇਹ ਗੱਲ ਕਹਿੰਦੇ ਆ ਕਿ ਅਸੀਂ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨਾ ਸ਼ੇਅਰ ਮਾਰਕੀਟ ਉੱਪਰ ਚੜ ਜਾਣੀ ਪਰ ਅੱਜ ਕੱਲ ਤਾਂ ਤੇ ਲੋਕ ਵੀ ਸ਼ੇਅਰ ਮਾਰਕੀਟਾਂ ਨੂੰ ਹੀ ਹੋ ਗਏ ਕੁਸ਼ਕ ਕਦੋਂ ਉੱਪਰ ਕਦੋਂ ਥੱਲੇ ਕਦੋਂ ਸੋਚ ਉੱਪਰ ਕਦੋਂ ਥੱਲੇ ਪਤਾ ਨਹੀਂ ਪਰ ਇਹਨਾਂ ਜ਼ਰੂਰ ਹੈ ਕਿ ਇਸ ਵੇਲੇ ਦੇਸ਼ ਨੂੰ ਵਿਕਸਿਤ ਕਰਨ ਲਈ ਦੇਸ਼ ਦੀ ਅਰਥ ਵਿਵਸਥਾ ਨੂੰ ਤੇਜ਼ੀ ਵੱਲ ਅੱਗੇ ਵੱਲ ਲੈ ਕੇ ਜਾਣ ਲਈ ਜ਼ਰੂਰੀ ਹੈ ਕਿ ਸਾਰੇ ਸਿਆਸਤਦਾਨ ਇਕੱਠੇ ਰਹਿਣ ਤੇ ਸਾਰੇ ਸਿਆਸਤਦਾਨ ਲੋਕਾਂ ਦਾ ਸੋਚਣ ਗਰੀਬੀ ਤੋਂ ਹੇਠਾਂ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਲੋਕ ਰਹਿ ਰਹੇ ਉਹਨਾਂ ਦੇ ਬਾਰੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਰੌਲਾ ਚੱਲਦਾ ਪਿਆ ਹੈ वर्ल्ड कप ਨੂੰ ਲੈ ਕੇ। ਕਿਉਂਕਿ ਇਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ। ਕੋਈ ਸਿਆਸਤਦਾਨ ਉੱਠਦਾ ਉਹ ਕਹਿੰਦਾ ਜੀ ਇਹਨਾਂ ਨੇ ਕਿਹੜਾ ਨਾਮ ਪੇਜਾ ਮੋਹਾਲੀ ਵਾਲੇ ਸਟੇਡੀਅਮ ਦਾ ਤੇ ਫਿਰ ਸਿਆਸਤਦਾਨ ਅੱਗੇ ਉਹ ਬਿਆਨ ਦਿੰਦੇ ਨੇ ਕਿ ਤੁਸੀਂ ਦੱਸੋ ਟੀਮਾਂ ਇੱਥੇ ਇਨਸਪੈਕਸ਼ਨ ਲਈ ਆਈਆਂ ਕਦੋਂ ਨੇ? ਕੱਲ ਤਾਂ ਬਿਲਕੁਲ ਠੀਕ ਹੈ। ਜਦੋਂ ਇੱਕ ਦਿਨ ਇੱਕ ਸਿਆਸਤ ਦਾ ਬਿਆਨ ਸਿਆਸਤਦਾਨ ਦਾ ਬਿਆਨ ਹੁੰਦਾ ਤੇ ਉਹ ਸਹੀ ਲੱਗਦਾ ਅਗਲੇ ਦਿਨ ਦੂਸਰੇ ਸਿਆਸਤਦਾਨ ਦਾ ਬਿਆਨ ਆਉਂਦਾ ਤੇ ਉਹ ਸਹੀ ਲੱਗਦਾ ਹੁਣ ਕਿਹੜਾ ਸਹੀ ਹੈ ਇਹ ਤਾਂ ਅਜੇ ਤੱਕ ਨਹੀਂ ਪਤਾ ਲੱਗਿਆ ਪਰ ਇਹਨਾਂ ਜ਼ਰੂਰ ਹੈ ਪੰਜਾਬ ਦੇ ਹੁਣ ਕੈबिनेट ਮੰਤਰੀ ਨੇ ਗੁਰਮੀਤ ਸਿੰਘ ਮੀਥੇਰ ਮੀਥੇਰ ਉਦਾਨਾੜ ਪੱਤਰਕਾਰ ਨੰਦਪ੍ਰੀਤ ਨੇ ਗੱਲਬਾਤ ਕੀਤੀ ਹੈ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਲੈ ਕੇ ਕੜਮਸ ਪਿਆ ਹੋਇਆ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਉਹਨਾਂ ਨੇ ਤਾਂ ਅੱਜ ਵੀ ਕਹਿ ਦਿੱਤਾ ਕਿ ਇਹਦਾ ਵਿਰੋਧ ਕੀਤਾ ਕਿ ਇਹ ਜਿਹੜਾ ਵਰਲਡ ਕੱਪ ਹੈ ਇਹ ਜਾਣਬੁੱਝ ਕੇ ਆ ਪੰਜਾਬ ਸਰਕਾਰ ਦੀ ਗਲਤੀ ਹੈ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਥੇਰ ਉਹਨਾਂ ਨੇ ਇਸ ਮਸਲੇ ਨੂੰ ਕਿਵੇਂ ਦੱਸਿਆ ਪਹਿਲਾਂ ਉਹ ਦੇਖਦੇ ਹਾਂ ਇਸ ਵਾਰ ਵਰਲਡ ਕੱਪ ਪੰਜਾਬ ਦੇ ਵਿੱਚ ਨਹੀਂ ਹੋਵੇਗਾ ਤੇ ਪੰਜਾਬ ਦੇ ਨਾਲ ਇੱਕ ਹੋਰ ਧੱਕਾ ਇਹ ਕਹਿਣਾ ਹੈਗਾ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਦਾ ਪਿਛਲੇ ਦਿਨਾਂ ਦੇ ਵਿੱਚ ਤਖਲਾ ਉਹਨਾਂ ਨੇ ਪ੍ਰਗਟ ਕੀਤਾ ਤੇ ਨਾਲ ਹੀ ਅੱਜ ਇੱਕ ਚਿੱਠੀ ਉਹ ਬੀਸੀਸੀਆਈ ਨੂੰ ਵੀ ਲਿਖੀ ਐ ਤੇ ਨਾਲ ਦੇ ਨਾਲ ਉਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਪਹਿਲਾਂ ਇਹ ਦੱਸੋ ਕਿ ਪੰਜਾਬ ਨੂੰ ਕਿਉਂ ਨਹੀਂ ਇੱਕ ਮੈਚ ਜਿਹੜਾ ਉਹ ਦਿੱਤਾ ਗਿਆ ਇਹਦੇ ਪਿੱਛੇ ਰਾਜਨੀਤੀ ਕੀ ਹੈ ਜਾਂ ਫਿਰ ਸਰਕਾਰ ਕੀ ਸੋਚੀਏ ਗੱਲਬਾਤ ਕਰਦੇ ਆ ਮੰਤਰੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਚਿੱਠੀ ਹੁਣ ਤੁਸੀਂ ਲਿਖ ਦਿੱਤੀ ਐ ਤੇ ਕੀ ਤੁਹਾਨੂੰ ਲੱਗਦਾ ਹੈਗਾ ਇਸ ਤੋਂ ਬਾਅਦ ਆਖਰ ਇਹ ਤੱਕਾ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਕਿਉਂ ਹੋਇਆ ਆ ਦੇਖੋ ਚਿੱਠੀ ਜਿਹੜੀ ਮੈਂ ਉਸ ਦਿਨ ਵੀ ਕਿਹਾ ਸੀਗਾ ਜਿਸ ਦਿਨ ਇਹ ਮਨੋਕੇ ਪੂਰਾ ਸਕੇਜੂਲ ਆਇਆ वर्ल्ड कप ਦਾ ਕਿ ਪੰਜਾਬ ਖੇਡਾਂ ਦੀ ਨੁਮਾਇੰਦਗੀ ਵੀ ਕਰਦਾ ਰਿਹਾ ਇਸ ਦੇਸ਼ ਦੀ ਅਸੀਂ ਨੰਬਰ 1 ਰਹਾਂਗੇ ਬਹੁਤ ਵੱਡੇ ਵੱਡੇ ਖਿਡਾਰੀ ਅਸੀਂ ਹਰ ਗੇਮ 'ਚ ਦਿੱਤੇ ਆ ਤੇ ਜਿਹੜੀ ਖੇਡ ਦਾ वर्ल्ड कप ਹੋ ਰਿਹਾ ਹੈ ক্রিকেট ਉਹਨੂੰ ਵੀ ਅਸੀਂ ਬਹੁਤ ਵੱਡੇ ਵੱਡੇ ਖਿਡਾਰੀ ਸਾਡੇ ਪੰਜਾਬ ਨੇ ਜਿਹੜਿਆ ਦਿੱਤੇ ਆ ਤੇ ਉਹਦੇ ਨਾਲ-ਨਾਲ ਸਾਡੇ ਕੋਲੇ ਮੋਹਾਲੀ ਉਹ ਸਟੇਡੀਅਮ ਹੈ ਜਿਹੜਾ ਜੇ ਦੁਨੀਆ ਦੇ ਜਿਹੜੇ ਅੱਛੇ ਸਟੇਡੀਅਮ ਐ ਉਹਨਾਂ ਦੀ ਰੈਂਕਿੰਗ ਕਰਨਾ ਹੋਵੇ ਤਾਂ ਜਿਹੜੇ ਟਾਪ ਦੇ ਸਟੇਡੀਅਮ ਐ ਉਹਨਾਂ ਦੇ ਵਿੱਚ ਆਉਂਦਾ ਉਸੇ ਕਰਕੇ ਜੇ ਦੇਸ਼ ਦੇ ਵਿੱਚ ਵਰਲਡ ਕੱਪ ਹੁੰਦਾ 96 ਦੇ ਵਰਲਡ ਕੱਪ ਦਾ ਵੀ ਸੇਮ ਫਾਈਨਲ ਬੜਾ ਇੰਪੋਰਟੈਂਟ ਮੈਚ ਐ ਉਹ ਮਹਾਲੀ ਕਰਵਾਇਆ ਜਾਂਦਾ 2011 ਦੇ ਵਰਲਡ ਕੱਪ ਦਾ ਸੇਮ ਫਾਈਨਲ ਇੱਥੇ ਕਰਵਾਇਆ ਜਾਂਦਾ ਤੇ ਐਤਕੀ 48 ਮੈਚਾਂ ਦੇ ਵਿੱਚੋਂ ਇੱਕ ਵੀ ਮੈਚ ਨਾ ਦੇਣਾ ਸੋ ਇਹ ਸਰਾ ਸਰ ਜਿਹੜੀ ਐ ਇੱਕ ਸਿਆਸਤ ਦੇ ਤਹਿਤ ਕੀਤਾ ਗਿਆ ਕਿਉਂਕਿ ਦੇਖੋ ਕਿ ਜਿਹੜਾ ਸਟੇਡੀਅਮ ਨਰਿੰਦਰ ਮੋਦੀ ਜੀ ਦੇ ਨਾਮ ਤੇ ਬਣਿਆ ਹੈ ਪਹਿਲਾ ਮੈਚ ਵੀ ਉੱਥੇ ਓਪਨਿੰਗ ਹੋ ਰਹੀ ਹੈ ਫਿਰ ਜਿਹੜਾ ਇੰਡੀਆ ਤੇ ਪਾਕਿਸਤਾਨ ਸਭ ਤੋਂ ਜਿਹੜਾ ਹੌਟ ਮੈਚ ਹੋਊਗਾ ਉਹ ਵੀ ਉੱਥੇ ਫਿਰ ਸਭ ਤੋਂ ਜਿਹੜਾ ਲਾਸਟ ਫਾਈਨਲ ਹੈ ਉਹ ਵੀ ਇੱਕੋ ਸਟੇਡੀਅਮ 'ਚ ਜਿਹੜਾ ਦਿੱਤਾ ਜਾ ਰਿਹਾ ਤੇ ਨਾਲੇ ਸਾਡੇ ਨਾਲ ਲੱਗਦੇ ਹਿਮਾਚਲ ਨੂੰ ਪੰਜ ਮੈਚ ਦੇਤੇ ਉਹਨਾਂ ਨੂੰ ਪੰਜ ਦਿੱਤੇ ਆ ਤਾਂ ਕਿੰਨੀ ਕਿ ਦੂਰ ਸੀ ਸਾਡਾ ਸਟੇਡੀਅਮ ਵੀ ਉਹਦੋਂ ਰੈਂਕਿੰਗ ਦੇ ਵਿੱਚ ਉਹਦੋਂ ਉੱਪਰ ਹੈ ਤੇ ਸਾਨੂੰ ਇੱਕ ਵੀ ਮੈਚ ਦਿੱਤਾ ਗਿਆ ਸੋ ਇਹ ਬੜੀ ਹੈਰਾਨੀ ਵਾਲੀ ਤੇ ਬੜਾ ਮੰਦ ਭਗ ਹੈ ਕਿ ਪੰਜਾਬ ਵਰਗੇ ਸੂਬੇ ਨੂੰ ਤੇ ਮਹਾਲੀ ਵਰਗਾ ਸਟੇਡੀਅਮ ਜਿੱਥੇ ਮੈਂ ਕਹਣਾ ਜੇ ਵੈਸੇ ਵੀ ਦੂਸਰੇ ਪੈਰਾਮੀਟਰ ਵੀ ਤੁਸੀਂ ਦੇਖਣੇ ਹੋਣਾ ਕਿ ਇੰਟਰਨੈਸ਼ਨਲ 에ਰਪੋਰਟ ਆ ਸਾਡੇ ਇੱਥੇ ਚੰਡੀਗੜ੍ਹ ਬਿਲਕੁਲ ਨਾਲ ਲੱਗਦਾ ਜਿਹੜਾ ਸਟੇਡੀਅਮ ਦੇ ਸਾਡੇ ਕੋਲ ਇੱਥੇ ਫਾਈਵ ਸਟਾਰ ਹੋਟਲ ਨੇ ਫੈਸਿਲਿਟੀਆਂ ਐ ਐਦਾਂ ਦਾ ਕਿਹੜੀ ਚੀਜ਼ ਨਹੀਂ ਜਿਹੜੀ ਮਹਾਲੀ ਕੋਲੇ ਨਹੀਂ ਹੈਗੀ ਨਾਲ ਐਡਾ ਅਲੀਸ਼ਾਨ ਜਿਹੜਾ ਉੱਥੇ ਗਰਾਊਂਡ ਆ ਜਿਹੜਾ ਬਣਿਆ ਹੋਇਆ ਤੇ ਜਿਹੜਾ ਤੁਸੀਂ ਮੈਚ ਆ ਕੇ ਜੀ ਸਾਰੀ ਹੋਰ ਜਿਹੜੇ ਸੂਬਿਆਂ ਨੂੰ ਦੇਤੇ ਸੋ ਸਾਨੂੰ ਅਸੀਂ ਚਲੋ ਤੁਸੀਂ ਸਾਰੇ ਕਿਤੇ ਦੇ ਦਿਓ ਤੁਸੀਂ 10 ਸਟੇਡੀਅਮਾਂ 'ਚ ਮੈਂ ਮੈਚ ਕਰਵਾ ਰਹੇ ਹ ਪੰਜਾਬ ਨੂੰ ਵੀ ਦੇ ਦਿਓ ਜੇ ਹੋਰ ਜੇ ਹੋਰ ਕੋਈ ਸੂਬਾ ਡਿਮਾਂਡ ਕਰ ਰਿਹਾ ਉੱਥੇ ਵੀ ਦਿਓ ਸੋ ਅਸੀਂ ਤਾਂ ਆਪਣਾ ਜਿਹੜਾ ਹੱਕ ਹੈ ਉਹ ਮੰਗਿਆ ਸੋ ਇਸੇ ਕਰਕੇ ਅੱਜ ਮੈਂ ਲੈਟਰ ਵੀ ਲਿਖੀ ਆ ਤੇ ਉਹਦੇ ਵਿੱਚ ਮੈਂ ਵੀ ਮੈਂਸ਼ਨ ਕੀਤਾ ਕਿਉਂਕਿ ਜਿਹੜੇ ਰਜੀਵ ਸ਼ੁਕਲਾ ਜਿਹੜੇ ਬੀਸੀਸੀਆਈ ਦੇ ਵਾਈਸ ਪ੍ਰੈਜ਼ੀਡੈਂਟ ਨੇ ਮੈਨੂੰ ਬੜੀ ਹੈਰਾਨੀ ਹੋਈ ਉਹਨਾਂ ਨੇ ਉਹ ਜਿਹੜਾ ਮੈਂ ਸਵਾਲ ਰੇਜ਼ ਕੀਤਾ ਉਹਦੇ ਜਵਾਬ ਚ ਕਿਹਾ ਕਹਿੰਦੇ ਜੀ ਜਿਹੜੇ ਨੋਰਮਸ ਨੇ ਜਿਹੜਾ ਮਹਾਲੀ ਦਾ ਸਟੇਡੀਅਮ ਜਿਹੜੇ ਆਈਸੀਸੀ ਦੇ ਉਹਨਾਂ ਨੂੰ ਪੂਰਾ ਨਹੀਂ ਕਰਦਾ ਮਤਲਬ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਮੈਂ ਇਹਦੇ 'ਚ ਸਵਾਲ ਕੀਤਾ ਚਿੱਠੀ 'ਚ ਵੀ ਪਿਛਲੇ ਸਾਲ ਇੱਥੇ ਇੰਡੀਆ ਆਸਟ੍ਰੇਲੀਆ ਦਾ 2022 ਦੇ ਵਿੱਚ ਸਤੰਬਰ 'ਚ ਮੈਚ ਹੋ ਕੇ ਹਟਿਆ ਉਦੋਂ ਨੋਰਮਤ ਕੋਈ ਹੋਰ ਸੀ ਆਈਪਲ ਇੱਥੇ ਹੋ ਕੇ ਹਟਿਆਗਾ ਮਤਲਬ ਕਿ 96 'ਚ ਜਦੋਂ ਸੇਮ ਫਾਈਨਲ ਹੋਇਆ 2011 ਸੀ ਫਾਈਨਲ ਹੋਇਆ ਪਿਛਲੇ ਸਾਲ ਇੱਥੇ ਮੈਚ ਹੋ ਕੇ ਹਟਿਆਗਾ ਇੱਕ ਸਾਲ ਦੇ ਵਿੱਚ ਕਿਹੜੇ ਮਤਲਬ ਕਿ ਜੀਪਾਈ ਗਰਾਊਂਡ 'ਚ ਬੜੀ ਇੱਥੇ ਗਰਾਫਟ ਆ ਗਈ ਕਹਿੰਦੇ ਜੀ ICC ਦੀ ਟੀਮ ਨੇ ਤੇ ਸਰਵੇ ਕੀਤਾ ਮੈਂ ਕਹਿੰਦਾ ਵੀ ਸਰਵੇ ਕੀਤਾ ਉਹਦੀ ਕੋਈ ਰਿਪੋਰਟ ਹੋਊਗੀ ਜਾਂ ਸਾਨੂੰ ਕੋਈ ਡਿਟੇਲ ਦੇ ਦੇਣ ਵੀ ਭਾਈ ICC ਦੇ ਜਿਹੜੇ ਨੋਰਮਸ ਐ ਉਹ ਹੁਣ ਚੇਂਜ ਹੋ ਗਏ ਪਹਿਲਾਂ ਵਾਲੇ ਨੋਰਮ ਦੇ ਵਿੱਚ ਮਹਾਲੀ ਫਿੱਟ ਬੈਠਦਾ ਸੀ ਪਰ ਹੁਣ ਵਾਲੇ ਚ ਫਿੱਟ ਨਹੀਂ ਬੈਠਦਾ ਮੰਨ ਲਓ ਕਿ ਤੁਸੀਂ ਬਿਲਕੁਲ ਬੇਤੁਕੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਜੋ ਵੀ ਹੋਇਆ ਅਸੀਂ ਕਹਿਣਾ ਚਾਹੇ ਤੁਸੀਂ ਪੋਲਿਟਿਕਸ ਕਰ ਦਿੱਤਾ ਜੇ ਮਰਜ਼ੀ ਕੀਤਾ ਪੰਜਾਬ ਨੂੰ ਜਿਹੜਾ ਇੱਥੇ ਮੈਚ ਇੱਥੇ ਹੋਣਾ ਚਾਹੀਦਾ ਮਹਾਲੀ ਵਿਖੇ ਇਹਦੇ ਲਈ ਜਿਹੜਾ ਅਸੀਂ ਲੈਟਰ ਹੈ ਇਹ ਲਿਖਿਆ ਹੈਗਾ ਤੇ ਜਿਹੜੇ ਜਿਹੜੇ ਉਹਨਾਂ ਨੇ ਕਿਉਂਕਿ ਮਤਲਬ ਕਿ ਕਾਰਨ ਦੱਸੇ ਸੀ ਉਹਨਾਂ ਤੇ ਵੀ ਜਿਹੜੇ ਮੈਂ ਸਵਾਲ ਉਹਨਾਂ ਨੂੰ ਲਿਖਿਆ ਵੀ ਭਾਈ ਇੱਕ ਤਾਂ ਸਾਨੂੰ ਜਿਹੜੇ ਨੋਰਮਸ ਕੋਈ ਚੇਂਜ ਹੋਇਆ ਦੱਸ ਦੋ ਜਾਂ ਜਿਹੜਾ ਕੋਈ ਸਰਵੇ ਕਰਕੇ ਗਿਆ ਸਾਨੂੰ ਉਹਦੀ ਰਿਪੋਰਟ ਦੇ ਦਿਓ ਵੀ ਭਾਈ ਕਿਹੜੇ ਗੱਲਾਂ ਕਰਕੇ ਸਾਡਾ ਮਹਾਲੀ ਜਿਹੜਾ ਸਟੇਡੀਅਮ ਉਹ ਪਿੱਛੇ ਰਹਿ ਗਿਆ ਤਾਂ ਕਿ ਕੱਲ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਭਾਈ ਇੱਥੇ ਸਰਕਾਰ ਵੀ ਮਦਦ ਕਰ ਦੇ ਪੀਸੀ ਤੋਂ ਠੀਕ ਤਾਂ ਕਰ ਲਈਏ ਸੋ ਜਾਂਦੇ ਜਾਂਦੇ ਗੱਲ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਦੀ ਵੀ ਕਰਨੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਕੱਲ ਤੋਂ ਯਾਨੀ ਕਿ 1 ਜੁਲਾਈ ਤੋਂ ਜਿਨ੍ਹਾਂ ਨੇ ਇਹ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਵਾਈਆਂ ਉਹਨਾਂ ਦਾ ਚਲਾਨ ਸ਼ੁਰੂ ਹੋ ਜਾਣਾ ਜੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਾਈ ਸਕਿਉਰਿਟੀ ਪਲੇਟਾਂ ਦੀ ਗੱਲ ਕੀਤੀ ਰਜਿਸਟ੍ਰੇਸ਼ਨ ਪਲੇਟਾਂ ਦੀ ਗੱਲ ਕੀਤੀ ਨੰਬਰਾਂ ਦੀ ਗੱਲ ਕੀਤੀ ਪਰ ਇੱਕ ਵਾਰ ਤੇ ਦੋ ਕੰਪਨੀਆਂ ਇਸ ਤਰ੍ਹਾਂ ਦੀਆਂ ਮਈਆਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੀ ਕਰ ਦਿੱਤਾ ਕਹਿੰਦੇ ਬਹੁਤ ਵਾਰ ਲੋਕਾਂ ਨੇ ਪਲੇਟਾਂ ਬਦਲਾ ਵੀ ਲਈਆਂ ਪਰ ਹੁਣ ਫਿਰ ਜਿਸ ਹਿਸਾਬ ਨਾਲ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਇੱਕ ਤਾਂ ਇਸ ਮਾਮਲੇ 'ਚ ਅਜੇ ਤੱਕ ਸਪਸ਼ਟੀਕਰਨ ਨਹੀਂ ਹੋ ਰਿਹਾ ਜਿਨ੍ਹਾਂ ਨੇ ਲਗਵਾਈਆਂ ਨੇ ਉਹ ਪਲੇਟਾਂ ਕਿ ਉਹਨਾਂ ਨੂੰ ਵੀ ਜ਼ਰੂਰਤ ਹੈ ਕਿਉਂਕਿ ਅਜੇ ਤੱਕ ਇਹ ਸਪਸ਼ਟਿਕਨ ਕੀਤਾ ਵੀ ਨਹੀਂ ਗਿਆ ਹਾਂ ਇਹਨਾਂ ਜ਼ਰੂਰ ਹੈ ਕਿ ਮੋਟਰ ਵਹੀਕਲ ਐਕਟ 1988 ਦੀ ਧਾਰਾ 173 ਦੇ 170 ਦੇ ਤਹਿਤ ਕਾਰਵਾਈ ਕੀਤੀ ਜਾਣੀ ਹੈ ਪਹਿਲਾਂ ਵਾਰਨਿੰਗ ਦੇਣੀ ਹੈ ਤੇ ਨਾਲ ₹2000 ਦਾ ਕਹਿੰਦੇ ਚਲਾਨ ਘਟਣਾ ਦੂਸਰੀ ਵਾਰੀ ਜੇਕਰ ਫਿਰ ਵੀ ਇਹ ਪਲੇਟ ਨਾ ਲਗਾਈ ਹੋਈ ਤਾਂ ₹3000 ਦਾ ਚਲਾਨ ਘਟ ਹੋਣਾ ਪਰ ਵੱਡੀ ਗੱਲ ਇੱਥੇ ਇਹ ਹੈ ਇਸ ਵੇਲੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿੱਚ ਨੇ ਕਿ ਜਿਨ੍ਹਾਂ ਨੇ ਪਹਿਲਾਂ ਸਿਕਿਉਰਿਟੀ ਪਲੇਟਾਂ ਇਹ ਲਗਵਾਈਆਂ ਉਹਨਾਂ ਦਾ ਕੀ ਬਣੇਗਾ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਆਉਂਦੇ ਦਿਨਾਂ ਨੂੰ ਤਤ ਸਾਹਮਣੇ ਆਉਣਗੇ ਗੱਲਾਂ ਸਾਹਮਣੇ ਆਉਣਗੀਆਂ ਸਪਸ਼ਟੀਕਰਨ ਸਾਹਮਣੇ ਆਉਣਗੇ ਕਿ ਅਸਲ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇੰਨਾ ਜ਼ਰੂਰ ਹੈ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਹੁਣ ਬਚ ਕੇ ਚੱਲਣਾ ਪੈਣਾ ਕਿਉਂਕਿ ਚਲਾਨ ਹੋਣੇ ਸ਼ੁਰੂ ਹੋ ਜਾਣੇ ਆ ਆਮ ਤੌਰ ਤੇ ਤਾਂ ਇਹ ਗੱਲ ਕਹੀ ਜਾਂਦੀ ਹੈ ਨਾ ਕਿ ਜਨਵਰੀ ਫਰਵਰੀ ਤੇ ਮਾਰਚ ਮਹੀਨੇ ਚਲਾਨ ਵੱਧਦੇ ਆ ਹੁਣ ਕਿਸੇ ਵੇਲੇ ਵੀ ਹੋ ਜਾਣਾ ਤੇ ਇਸ ਚਲਾਨ ਵੀ ਜਿਹੜੇ ਕੱਟ ਹੋਣੇ ਐ ਇਹ ਕੱਟ ਵੀ ਬਾਧੂ ਹੋਣੇ ਐ ਸਰਕਾਰੀ ਤੌਰ ਦੇ ਉੱਪਰ ਜੇਕਰ ਕੋਈ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦਾ ਤੇ ਸਰਕਾਰ ਨੇ ਵੈਬਸਾਈਟ ਵੀ ਦਿੱਤੀ ਐ ਤੇ ਉੱਤੇ ਰਜਿਸਟ੍ਰੇਸ਼ਨ ਕਰਵਾਏ ਜਾ ਸਕਦੇ ਐ 220 ਰੁਪਏ ਦੋ ਪਹੀਏ ਵਾਹਨ ਦੀ ਕਾਰ ਦੀ 570 ਦੀ ਐ ਤੇ ਕਮਰਸ਼ੀਅਲ ਵਾਹਨ 605 ਰੁਪਏ ਕਹਿੰਦੇ ਐ ਕਿ ਉਹਦੀ ਫੀਸ ਲੱਗੇਗੀ ਟਰੈਕਟਰ ਟਰਾਲੀ 192 ਰੁਪਏ ਰਜਿਸਟ੍ਰੇਸ਼ਨ ਵੈਬਸਾਈਟ ਤੇ ਕੀਤੀ ਜਾ ਸਕਦੀ ਐ ਪਰ ਇਹਨਾਂ ਜ਼ਰੂਰ ਐ ਆਉਂਦੇ ਦਿਨਾਂ ਨੂੰ ਇਹਨਾਂ ਇਹ ਥੋੜਾ ਜਿਹਾ ਲੋਕਾਂ ਤੱਕ ਹੋਰ ਜਾਣਕਾਰੀ ਪਹੁੰਚਾਉਣ ਦੀ ਜ਼ਰੂਰਤ ਹੈ ਉਹ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿਸੇ ਅਧਿਕਾਰੀ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਹਿਸਾਬ ਦੇ ਨਾਲ ਕਿੱਥੇ ਕਿੱਥੇ ਕਿਵੇਂ-ਕਿਵੇਂ ਇਹ ਪਲੇਟਾਂ ਲਗਾਈਆਂ ਜਾ ਸਕਦੀਆਂ ਨੇ ਇਹ ਨਾ ਹੋਵੇ ਕਿ ਕੱਲਾ ਚਲਾਨ ਦੇ ਉੱਪਰ ਹੀ ਨਿਰਭਰ ਹੋ ਕੇ ਰਹਿ ਜਾਓ ਦੂਸਰੀ ਗੱਲ ਇੱਕ ਛੋਟੀ ਜੀ ਹੋਰ ਹੈ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਥਾਵਾਂ ਤੇ ਲੋਕ ਜਦੋਂ ਜਾਂਦੇ ਆ ਕੋਈ ਹਾਈ ਸਪੀਡ ਹੁੰਦੀ ਹੈ ਪੰਜਾਬ ਦੇ ਵਿੱਚ ਹਾਈ ਸਪੀਡ ਦੇ ਕਰਕੇ ਹਾਸੇ ਵਾਧੇ ਨੇ ਚ ਕੋਈ ਸ਼ੱਕ ਨਹੀਂ ਪੰਜਾਬ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰ ਰਿਹਾ ਹੈ ਉਹ ਮਸ਼ੀਨ ਜੀ ਲਾਈ ਹੁੰਦੀ ਹੈ ਅੱਖਾਂ ਤੇ ਉਹਨਾਂ ਨੇ ਦੂ ਤੇ ਉਹਦਾ ਚਲਾਨ ਕੱਢ ਦਿੱਤਾ ਜਾਂਦਾ ਪਰ ਇੱਕ ਗੱਲ ਇੱਥੇ ਸਭ ਤੋਂ ਵੱਧ ਧਿਆਨ ਦੇਣ ਵਾਲੀ ਇਹ ਹੈ ਕਿ ਹਾਈਵੇ ਦੇ ਉੱਪਰ ਕਿੰਨੀਆਂ ਕ ਥਾਵਾਂ ਤੇ ਸਪੀਡ ਲਿਮਟ ਲਿਖੀ ਗਈ ਹੈ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਘੱਟ ਥਾਵਾਂ ਤੇ ਲੋਕ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਪੀਡ ਲਿਮਟ ਹੈ ਕਿੰਨੀ ਹੈ ਤੇ ਚਲਾਨ ਕੱਢ ਦਿੱਤਾ ਜਾਂਦਾ ਕਦੀ ਕਦੀ ਪੁਲਿਸ ਵਾਲੇ ਦੌੜ ਕੇ ਅੱਗੇ ਆ ਜਾਂਦੇ ਆ ਤੇ ਤੇਜ਼ ਰਫ਼ਤਾਰ ਗੱਡੀ ਵਿੱਚ ਵੱਜਦੀ ਹੈ ਫਿਰ ਦੋ ਗੱਲਾਂ ਹੋ ਜਾਂਦੀਆਂ ਇੱਕ ਤਾਂ ਤੇਜ਼ ਰਫ਼ਤਾਰ ਗੱਡੀ ਨੇ ਪੁਲਿਸ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਹੀ ਥਾਂ ਤੇ ਇਸ ਤਰ੍ਹਾਂ ਦੇ ਮੌਤ ਦੀਆਂ ਖਬਰਾਂ ਆਈਆਂ ਵੀ ਇਹ ਚਿੰਤਾ ਦੀ ਗੱਲ ਹੈ ਤੇ ਦੂਸਰੇ ਪਾਸੇ ਪ੍ਰਸ਼ਾਸਨ ਨੂੰ ਵੀ ਥੋੜਾ ਜਿਹਾ ਇਹ ਚਾਹੀਦਾ ਹੈ ਕਿ ਦੌੜ ਕੇ ਅੱਗੇ ਹੋ ਕੇ ਚਾਬੀਆਂ ਨਾ ਕੱਢੀਆਂ ਜਾਣ ਕੋਈ ਮੋਟਰਸਾਈਕਲ ਦੀਆਂ ਗੱਡੀਆਂ ਦੀਆਂ ਚਾਬੀਆਂ ਵੀ ਕੱਢ ਲੈਂਦੇ ਉੱਥੇ ਤਕਰਾਰ ਵੀ ਵੱਧ ਹੈ ਅੱਜ ਕੱਲ ਸਹਿਣ ਸ਼ਕਤੀ ਘਟ ਹੈ ਉਹ ਵੱਖਰੀ ਗੱਲ ਹੈ ਕਿ ਲੋਕਾਂ ਵਿੱਚ ਖੂਨ ਦੀ ਕਮੀ ਨਹੀਂ ਲੋਕਾਂ ਦਾ ਖੂਨ ਹੀ ਗਰਮ ਹੋ ਗਿਆ ਜੋ ਕਮੀ ਅੱਜ ਕੱਲ ਆ ਰਹੀ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜਰੂਰ ਸਾਂਝੀ ਕਰਿ ਤੁਹਾਡੇ ਲਈ